ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਖ਼ਤ ਪੰਜਾਬ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ, ਮੇਰੇ ਨਾਲ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਜੀ ਮੌਜੂਦ ਨੇ। ਬੇਅਦਬ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ। ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਦੇ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ। ਸਵਾਗਤ ਹੈ ਤੁਹਾਡਾ ਗਿੱਲ ਸਾਹਿਬ। ਥੈਂਕ ਯੂ ਸੁਖਿੰਦਰ, ਸਤਿ ਸ੍ਰੀ ਅਕਾਲ। ਧੰਨਵਾਦ। ਮਨੀਸ਼ ਤਿਵਾੜੀ ਜਿਹੜੇ ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਨੇ, ਪਹਿਲਾਂ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੀ ਲੋਕ ਸਭਾ ਟਿਕਟ ਦੇ ਉੱਤੇ ਜਿੱਤੇ ਸੀ ਤੇ ਇਸ ਵਾਰ ਉਹਨਾਂ ਨੂੰ ਚੰਡੀਗੜ੍ਹ ਤੋਂ ਜਿਹੜਾ ਟਿਕਟ ਦਿੱਤੀ ਗਈ ਹੈ। ਉੱਥੇ ਆਮ ਆਦਮੀ ਪਾਰਟੀ ਜਿਹੜੀ ਹੈ ਤੇ ਕਾਂਗਰਸ ਰਲ ਕੇ ਮਤਲਬ ਕਿ ਲੜ ਰਹੇ ਨੇ। ਆਮ ਆਦਮੀ ਪਾਰਟੀ ਨੇ ਆਪਣਾ ਕੋਈ ਉਮੀਦਵਾਰ ਖੜਾ ਨਹੀਂ ਕੀਤਾ, ਮਤਲਬ ਕਿ ਪੰਜਾਬ ਦੇ ਵਿੱਚ ਇਹਨਾਂ ਦਾ ਸਮਝੌਤਾ ਨਹੀਂ ਹੋਇਆ। ਬਾਕੀ ਜਿਵੇਂ ਦਿੱਲੀ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਜਿਹੜਾ ਸਮਝੌਤਾ ਹੋਇਆ ਯੂਟੀ ਹੈ ਉਸਦੇ ਮੁਤਾਬਕ ਮਨੀਸ਼ ਤਿਵਾੜੀ ਦਾ ਬਿਆਨ ਜਿਹੜਾ ਆ, ਜਿਹੜਾ ਚੰਡੀਗੜ੍ਹ ਨੂੰ ਸੂਬੇ ਦੇ ਵਾਂਗ ਅਧਿਕਾਰ ਦੇਣ ਦੀ ਗੱਲ ਆ ਰਹੀ ਹੈ, ਜਿਹਦੇ ਵਿੱਚ ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਜ਼ਿਕਰ ਕੀਤਾ ਹੈ ਕਿ ਚੰਡੀਗੜ੍ਹ ਸ਼ਹਿਰ ਨੂੰ ਸੂਬੇ ਵਾਂਗ ਹੱਕ ਦੇਣ ਦਾ ਸਮਾਂ ਆ ਗਿਆ ਤੇ ਹੁਣ ਇਸ ਬਿਆਨ ਨੂੰ ਲੈ ਕੇ ਸਿਆਸਤ ਬਹੁਤ ਸਰਗਰਮ ਹੋ ਗਈ। ਅਕਾਲੀ ਦਲ ਤੇ ਬਾਕੀ ਧਿਰਾਂ ਕਿਸ ਤਰੀਕੇ ਦੇ ਨਾਲ ਰਿਐਕਟ ਕਰ ਰਹੀਆਂ? ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ, ਆਮ ਆਦਮੀ ਪਾਰਟੀ ਤੇ ਵੀ ਨਜ਼ਰ ਹੈ ਕਿ ਇਹਨਾਂ ਦੀ ਪੰਜਾਬ ਦੀ ਲੀਡਰਸ਼ਿਪ ਜਾਂ ਕੇਂਦਰੀ ਲੀਡਰਸ਼ਿਪ ਕੀ ਮਨੀਸ਼ ਤਿਵਾੜੀ ਦੇ ਇਸ ਬਿਆਨ ਦੇ ਨਾਲ ਸਹਿਮਤ ਹੁੰਦੀ ਹੈ ਤੇ ਕੀ ਚੰਡੀਗੜ੍ਹ ਜਿਹੜਾ ਉਹ ਚੰਡੀਗੜ੍ਹ ਤੇ ਜਿਹੜਾ ਪੰਜਾਬ ਦਾ ਹੱਕ ਹੈ ਉਹ ਖੁੱਸਦਾ ਜਾ ਰਿਹਾ? ਇਹਦੇ ਬਾਰੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਕੀ ਸੋਚਦੀ ਹੈ? ਪੰਜਾਬ ਦੀ ਲੀਡਰਸ਼ਿਪ ਨੇ ਤਾਂ ਉਸ ਢੰਗ ਦੇ ਨਾਲ ਹੀ ਬਿਆਨ ਦੇਣਾ ਹੁੰਦਾ ਜਿਹੋ ਜਿਹਾ ਉਹਨਾਂ ਨੂੰ ਪੰਜਾਬ ਦੇ ਲੈਵਲ ਦੇ ਉੱਤੇ ਸੈੱਟ ਬਹਿੰਦਾ। ਗਿੱਲ ਸਾਹਿਬ, ਹੁਣ ਇਸ ਬਿਆਨ ਦੇ ਕੀ ਮਾਇਨੇ ਸਮਝੇ ਜਾਣ ਜਾਂ ਇਹ ਬਿਆਨ ਕਿਸ ਸੋਚ ਦੇ ਵਿੱਚੋਂ ਆਇਆ? ਕੀ ਇਹਦੇ ਨਾਲ ਜਿਹੜਾ ਪੰਜਾਬ ਤੋਂ ਚੰਡੀਗੜ੍ਹ ਦਾ ਜਿਹੜਾ ਚੰਡੀਗੜ੍ਹ ਤੇ ਪੰਜਾਬ ਦਾ ਜਿਹੜਾ ਅਧਿਕਾਰ ਹੈ ਉਹਨੂੰ ਬਿਲਕੁਲ ਹੀ ਮਤਲਬ ਕਿ ਖਤਮ ਕਰ ਦਿੱਤਾ ਗਿਆ ਕਿ ਉਸ ਪਾਸੇ ਵੱਲ ਨੂੰ ਉਹ ਸੋਚ ਦੇ ਵਿੱਚੋਂ ਆਇਆ, ਜਾਂ ਇਹਦੇ ਬਾਰੇ ਬੀਜੇਪੀ ਦੀ ਅੰਦਰੂਨੀ ਸਿਆਸਤ ਵੀ ਕਿਸੇ ਢੰਗ ਨਾਲ ਕੰਮ ਕਰਦੀ ਹੈ? ਇਹ ਜਿਹੜਾ ਹੈਗਾ ਨਾ ਓਵਰ ਦਾ ਈਅਰਸ, ਪਿਛਲੇ ਲਾਸਟ ਖਾਸ ਕਰਕੇ ਆਹ 10 ਸਾਲਾਂ ਵਿੱਚ ਜਿਹੜਾ ਚੰਡੀਗੜ੍ਹ ਤੇ ਆਪਣਾ ਦਾਅਵਾ ਨਾ ਪੰਜਾਬ ਦਾ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਮਜ਼ੋਰ ਹੁੰਦਾ ਜਾ ਰਿਹਾ ਹੈਗਾ। ਹੁਣ ਜਿਹੜਾ ਇਹਨਾਂ ਨੇ ਮਨੀਸ਼ ਤਿਵਾੜੀ, ਜਿਹੜੇ ਪਹਿਲੇ ਜਿਵੇਂ ਤੁਸੀਂ ਦੱਸਿਆ ਅਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਰਹੇ, ਉਸ ਤੋਂ ਪਹਿਲੇ ਇਹ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਰਹੇ ਹੈਗੇ ਆ, ਸੋ ਕੰਟੀਨਿਊਸਲੀ ਇਹ ਮੈਂਬਰ ਪਾਰਲੀਮੈਂਟ ਰਹੇ ਹੈਗੇ ਆ 10 ਸਾਲ। ਇਹਨਾਂ ਨੇ ਜੋ ਬਿਆਨ ਦਿੱਤਾ ਹੈਗਾ ਕੱਲ੍ਹ, ਉਹਨਾਂ ਨੇ ਕਿਹਾ ਵੀ ਚੰਡੀਗੜ੍ਹ ਨੂੰ ਕਿਉਂ ਨਾ ਆਪਾਂ ਇੱਕ ਸਿਟੀ ਸਟੇਟ ਦਾ ਰੁਤਬਾ ਦੇ ਦਿੱਤਾ ਜਾਵੇ, ਉਹਦੇ ਵਿੱਚ ਜਿਹੜੀ ਯੂਨੀਅਨ ਟੈਰੀਟਰੀ ਸ਼ੁੱਡ ਬੀ ਕਨਵਰਟਡ ਇਨ ਟੂ ਏ ਸਟੇਟ, ਅਤੇ ਜਿਹੜੀ ਇਹਦੀ ਕਾਰਪੋਰੇਸ਼ਨ ਹੈਗੀ ਉਹਦਾ ਘੇਰਾ ਵਧਾ ਕੇ ਉਹਨੂੰ ਲੈਜਿਸਲੇਟਿਵ ਅਸੈਂਬਲੀ ਵਿੱਚ ਬਦਲ ਦਿੱਤਾ ਜਾਵੇ, ਅਤੇ ਹੋਰ ਜਿਹੜੇ ਹੈਗੇ ਜਿਹੜੇ ਕੰਟਰੋਲਿੰਗ ਜਾਂ ਕੋਈ ਇਹਦਾ ਚੀਫ ਐਗਜੈਕਟਿਵ ਲਾ ਦਿੱਤਾ ਜਾਵੇ ਜਿਹੜਾ ਚੰਡੀਗੜ੍ਹ ਨੂੰ ਗਵਰਨ ਕਰੇ ਵੀ ਹੁਣ, ਕਿਉਂਕਿ ਜਿਹੜੇ ਓਵਰ ਦਾ ਈਅਰਸ ਜਿਹੜੀਆਂ ਇੱਥੇ ਪੋਲਿਸੀ ਸੈਂਟਰ ਨੇ ਬਦਲੀਆਂ ਹੈਗੀਆਂ, ਜਿਸ ਤਰ੍ਹਾਂ ਸਾਰਿਆਂ ਦੇ ਪੇ ਸਕੇਲਸ ਜਿਹੜੇ ਆ ਸੈਂਟਰਲ ਗਵਰਨਮੈਂਟ ਦੇ ਮੁਤਾਬਕ ਹੈਗੇ ਆ, ਇਸੇ ਤਰ੍ਹਾਂ ਇਹਨਾਂ ਨੇ ਜਿਹੜੇ ਯੂਟੀ ਕੈਡਰ ਜਿਹੜਾ ਬਣਾਇਆ ਹੈਗਾ ਯੂਨੀਅਨ ਟੈਰੀਟਰੀ, ਉਸ ਕੈਡਰ ਚੋਂ ਬਹੁਤੇ ਇੰਪਲੋਈ ਜਿਹੜੇ ਆ ਉਹ ਭਰਤੀ ਕੀਤੇ ਜਾਂਦੇ। ਅੱਗੇ ਜਿਹੜਾ ਸੀਗਾ ਪੰਜਾਬ ਤੇ ਹਰਿਆਣੇ ਦਾ 60-40 ਦੀ ਰੇਸ਼ੋ ਸੀਗੀ, ਉਹ ਰੇਸ਼ੋ ਵੀ ਇਹਨਾਂ ਨੇ ਇੱਕ ਤਰ੍ਹਾਂ ਨਾਲ ਖਤਮ ਕਰਤੀ ਹੋਈ ਆ। ਕੁਛ ਆਪਾਂ ਜਦੋਂ ਦੇਖਿਆ ਜਿਹੜੀਆਂ ਸਰਕਾਰਾਂ ਰਹੀਆਂ ਹੈਗੀਆਂ ਪੁਰਾਣੀਆਂ, ਖਾਸ ਕਰਕੇ ਅਕਾਲੀ ਦਲ, ਉਹਨਾਂ ਨੇ ਬਹੁਤ ਸਾਰੇ ਜਿਹੜੇ ਪੰਜਾਬ ਗਵਰਨਮੈਂਟ ਦੇ ਆਫਿਸਿਸ ਸੀਗੇ ਉਹ ਸ਼ਿਫਟ ਕਰਤੇ ਹੈਗੇ ਮੋਹਾਲੀ, ਉਹ ਵੀ ਇੱਕ ਮਤਲਬ ਕਿ ਮੇਰਾ ਖਿਆਲ ਨਾਲ ਬਹੁਤ ਮਤਲਬ ਕਿ ਮਾੜੀ ਮੂਵ ਸੀਗੀ, ਜਦਕਿ ਚੰਡੀਗੜ੍ਹ ਤੋਂ ਦਾਅਵਾ ਛੱਡਣਾ ਨਹੀਂ ਸੀ ਚਾਹੀਦਾ ਕਿਸੇ ਕੀਮਤ ਦੇ ਵਿੱਚ।
ਪਰ ਜਿਹੜਾ ਇਹ ਕੱਲ੍ਹ ਉਹਨਾਂ ਨੇ ਬਿਆਨ ਦਿੱਤਾ ਹੈਗਾ ਇਹਦੇ 'ਤੇ ਸੁਨੀਲ ਜਾਖੜ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨੇ ਉਹਨਾਂ ਨੇ ਸਖ਼ਤ ਟਿੱਪਣੀ ਕੀਤੀ ਹੈ ਵੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈਗੀ ਆ ਅਤੇ ਰਹੂਗੀ, ਅਤੇ ਇਸ ਕਰਕੇ ਉਹਨਾਂ ਹੁਣ ਉਹ ਆਪਣੀ ਸੈਂਟਰਲ ਗੌਰਮੈਂਟ 'ਤੇ ਕਿੰਨਾ ਪ੍ਰੈਸ਼ਰ ਪਾਉਂਦੇ ਆ ਜਾਂ ਆਪਣੀ ਬੜੀ ਉਹਨਾਂ ਦੀ ਸੈਂਟਰਲ ਲੀਡਰਸ਼ਿਪ ਆ ਕਿ ਉਹ ਇਹਨਾਂ ਦੇ ਬਿਆਨ ਨੂੰ ਕੋਈ ਰੁਤਬਾ ਦੇਊਗੀ ਕਿ ਨਹੀਂ ਦੇਊਗੀ। ਇਸ ਪਰ ਜਿਹੜੀ ਆ ਮੇਨ ਧਿਰਾਂ ਨੇ ਕਿ ਜਿਸ ਤਰ੍ਹਾਂ ਕਾਂਗਰਸ ਹੈਗੀ ਆ ਪੰਜਾਬ ਦੀ, ਅਤੇ ਇਸੇ ਤਰ੍ਹਾਂ ਜਿਹੜੀ ਆਪ ਲੀਡਰਸ਼ਿਪ ਹੈਗੀ ਜਿਹੜੇ ਰੂਲਿੰਗ ਪਾਰਟੀ ਆ ਪੰਜਾਬ ਦੀ, ਉਹਨਾਂ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦਾ ਇਹਦੇ 'ਤੇ ਪ੍ਰਤੀਕਰਮ ਨਹੀਂ ਆਇਆ ਹੈਗਾ। ਨਾ ਹੀ ਜਿਸ ਤਰ੍ਹਾਂ ਦਾ ਢੁਕਵਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣਾ ਚਾਹੀਦਾ ਸੀ ਸਟੇਟਮੈਂਟ, ਉਹ ਵੀ ਸਟੇਟਮੈਂਟ ਕਿਤੇ ਨਾ ਕਿਤੇ ਮਿਸਿੰਗ ਹੈਗੀ ਆ। ਜਦਕਿ ਅਕਾਲੀ ਦਲ ਨੇ ਜਿਹੜਾ ਇਸ ਇਲੈਕਸ਼ਨ ਜਿਹੜੀ ਸਾਰਿਆਂ ਨਾਲੋਂ ਮੂਵ ਕੀਤੀ ਹੈਗੀ, ਰੋਂਗ ਮੂਵ ਕੀਤੀ ਹੈਗੀ, ਕਿ ਉਹਨਾਂ ਕੋਲ ਕੋਈ ਆਪਣਾ ਕੈਂਡੀਡੇਟ ਵੀ ਹੈ ਨਹੀਂ ਗਾ ਜਿਹੜਾ ਚੰਡੀਗੜ੍ਹ ਤੋਂ ਉਹ ਖੜਾ ਕਰ ਸਕਣ, ਅਤੇ ਉਹਨਾਂ ਨੇ ਖੜਾ ਕਿਉਂ ਨਹੀਂ ਕੀਤਾ? ਜਿਹੜਾ ਪਹਿਲੇ ਖੜਾ ਕੀਤਾ ਸੀਗਾ ਉਹ ਆਪਣੀਆਂ ਲੋਇਲਟੀਸ ਚੇਂਜ ਕਰ ਗਿਆ, ਅਤੇ ਉਹਨੇ ਇਹਨਾਂ ਦੀ ਟਿਕਟ ਲੈਣ ਤੋਂ ਉਹਨੇ ਟਿਕਟ ਵਾਪਸ ਕਰਤੀ ਸੀ, ਉਹਨੂੰ ਟਿਕਟ ਐਲਾਨੀ ਹੋਈ ਸੀ ਇਹਨਾਂ ਨੇ। ਜਿਹੜਾ ਮਿਊਂਸੀਪਲ ਕਾਰਪੋਰੇਸ਼ਨ ਦਾ ਮੈਂਬਰ ਹੈਗਾ ਚੰਡੀਗੜ੍ਹ ਦਾ, ਹਰਦੀਪ ਸਿੰਘ ਕੀ ਉਹਦਾ ਪੂਰਾ ਨਾਂ ਹੈਗਾ, ਪਰ ਇਹਨਾਂ ਨੇ ਪਿਛਲੇ ਦਿਨਾਂ ਵਿੱਚ ਬੀਬੀ ਹਰਜਿੰਦਰ ਕੌਰ ਨੂੰ ਵੀ ਪਾਰਟੀ ਵਿੱਚੋਂ ਕੱਢ ਦਿੱਤਾ ਸੀ, ਜਿਹੜੇ ਕਿ ਬਹੁਤ ਪੁਰਾਣੇ ਅਕਾਲੀ ਦਲ ਦੇ ਮੈਂਬਰ ਹੈਗੇ ਆ, ਮਤਲਬ ਕਿ ਡਿਕੇਡਸ ਪੁਰਾਣੀ ਉਹਨਾਂ ਦੀ ਐਸੋਸੀਏਸ਼ਨ ਹੈਗੀ ਅਕਾਲੀ ਦਲ ਦੇ ਨਾਲ। ਫਿਰ ਬਾਅਦ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਉਹ ਡਿਸੀਜ਼ਨ ਵਾਪਸ ਲੈਣਾ ਪਿਆ, ਅਤੇ ਮੈਂ ਸੋਚਦਾ ਸੀ ਵੀ ਜੇ ਉਹ ਇਸ ਤਰ੍ਹਾਂ ਹੈਗਾ ਤਾਂ ਉਹਨਾਂ ਨੂੰ ਕਿਉਂ ਨਹੀਂ ਕੈਂਡੀਡੇਟ ਬਣਾ ਦਿੱਤਾ ਗਿਆ ਸੀਗਾ। ਚੰਡੀਗੜ੍ਹ ਤੋਂ ਅਕਾਲੀ ਦਲ ਨੇ ਆਪਣਾ ਦਾਅਵਾ ਕਿਉਂ ਛੱਡਿਆ, ਭਾਵੇਂ ਜਦਕਿ ਆਪਣੇ ਐਲਾਨਨਾਮੇ ਵਿੱਚ ਉੱਥੇ ਜ਼ਿਕਰ ਕੀਤਾ ਹੋਇਆ ਵੀ ਅਸੀਂ ਚੰਡੀਗੜ੍ਹ ਨੂੰ ਦੁਬਾਰਾ ਪੰਜਾਬ ਦੀ ਰਾਜਧਾਨੀ ਬਣਾਉਣ ਦੇ ਲਈ ਉਪਰਾਲੇ ਕਰਾਂਗੇ, ਪਰ ਇਹ ਕਿਤੇ ਵੀ ਦੱਸਿਆ ਨਹੀਂ ਗਿਆ ਵੀ ਕੀ ਉਪਰਾਲਾ ਕਰਨਗੇ, ਕੀ ਕੋਈ ਅੱਗੇ ਆਂਗੂ ਇਹਦੀ ਮੋਰਚਾ ਲਾਉਣਗੇ, ਜਾਂ ਜਿਸ ਤਰ੍ਹਾਂ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਸੀ, ਜਾਂ ਜਿਸ ਤਰ੍ਹਾਂ ਆਪਾਂ ਧਰਮ ਜਿਹੇ ਤੋਂ ਮੋਰਚਾ ਲੱਗਿਆ ਹੈਗਾ, ਉਹਦੇ ਵਿੱਚ ਚੰਡੀਗੜ੍ਹ ਵੀ ਇੱਕ ਡਿਮਾਂਡ ਸੀਗੀ ਪ੍ਰਮੁੱਖਤਾ ਦੇ ਨਾਲ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਐਕਸਪਲੇਨ ਕਰਦੀਆਂ ਨੇ ਕਿ ਜਿਹੜਾ ਉਹਨਾਂ ਨੇ ਮਨੀਸ਼ ਤਿਵਾੜੀ ਨੇ ਕਿਸ ਮਕਸਦ ਨਾਲ ਇਹ ਬਿਆਨ ਦਿੱਤਾ ਹੈਗਾ, ਜਾਂ ਉਹਨਾਂ ਨੇ ਆਪਣਾ ਵੋਟਿੰਗ ਪੈਟਰਨ 'ਚ ਇਹ ਬਿਆਨ ਦਿੱਤਾ ਹੈਗਾ। ਤੁਸੀਂ ਇਹ ਵੀ ਦੇਖਿਆ ਹੋਣਾ ਕਿ ਪਿਛਲੇ ਦਿਨਾਂ 'ਚ ਜਿਹੜੀ ਕੇਂਦਰੀ ਸਿੰਘ ਸਭਾ ਹੈਗੀ ਚੰਡੀਗੜ੍ਹ ਦੇ ਵਿੱਚ, ਜਿਹੜੀ ਕਿ ਸੈਕਟਰ 28 ਦੇ ਵਿੱਚ ਉਹਨਾਂ ਦੇ ਆਫਿਸਿਸ ਨੇ, ਉਹਨਾਂ ਨੇ ਵੀ ਮਨੀਸ਼ ਤਿਵਾੜੀ ਦੇ ਨਾਲ ਮੀਟਿੰਗ ਵੀ ਕੀਤੀ ਸੀ, ਉਹਨੂੰ ਸਮਰਥਨ ਦਾ ਵੀ ਐਲਾਨ ਕੀਤਾ ਸੀਗਾ, ਨਾਲੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇੰਡੀਆ ਅਲਾਇੰਸ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹੈਗੇ ਹਾਂ। ਹੁਣ ਉਹਨਾਂ ਦੇ ਵੀ ਮੈਂ ਦੇਖ ਰਿਹਾ ਸੀਗਾ ਹੁਣ ਆਪਸ 'ਚ ਕੰਟਰਾਡਿਕਟਿੰਗ ਬਿਆਨਸ ਆ ਰਹੇ ਹੈਗੇ ਆ ਵੀ ਅਸੀਂ ਭਾਵੇਂ ਮਨੀਸ਼ ਤਿਵਾੜੀ ਨਾਲ ਐਗਰੀ ਕਰਦੇ ਹੈਗੇ, ਪਰ ਅਸੀਂ ਉਹਦੇ ਇਸ ਵਿਊ ਪੁਆਇੰਟ ਨਾਲ ਕੁਛ ਬੰਦੇ ਐਗਰੀ ਕਰਦੇ ਨੇ, ਕੁਛ ਨਹੀਂ ਐਗਰੀ ਕਰਦੇ। ਇਹ ਇਹ ਸਵਾਲ ਕਾਂਗਰਸ ਤੇ ਬਹੁਤ ਵੱਡਾ ਹੁੰਦਾ ਹੈ ਕਿ ਕਾਂਗਰਸ ਦੇ ਲਗਾਤਾਰ ਕਿ ਇਹਨਾਂ ਨੇ ਪਿਛਲੇ ਸਮੇਂ ਦੌਰਾਨ ਜਿੰਨੇ ਜਿਵੇਂ ਪੰਜਾਬ ਦੇ ਵਿੱਚ ਰਾਜ ਕੀਤਾ ਜਾਂ ਕੇਂਦਰੀ ਤਾਕਤ ਇਹਨਾਂ ਦੇ ਹੱਥਾਂ ਦੇ ਵਿੱਚ ਰਹੀ, ਉਸ ਦੌਰਾਨ ਹੀ ਕਹਿੰਦੇ ਪੰਜਾਬ ਨੂੰ ਲਗਾਤਾਰ ਚੁੰਡਿਆ ਗਿਆ, ਤੇ ਉਹੀ ਜਿਹੜੀ ਇਹਨਾਂ ਦੀ ਨੀਤੀ ਹੈ, ਜਿਵੇਂ ਕਹਿੰਦੇ ਕਿ ਰਾਹੁਲ ਗਾਂਧੀ ਦੇ ਵਿੱਚ ਬਦਲਾਅ ਬਹੁਤ ਆ ਚੁੱਕਿਆ, ਉਹ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਜਾਂ ਫੈਡਰਲਿਜ਼ਮ ਦੀ ਗੱਲ ਉਸ ਕਿਸਮ ਦੀਆਂ ਗੱਲਾਂ ਕਰਦੇ ਨੇ, ਫਿਰ ਇਹੋ ਜਿਹੀ ਮਤਲਬ ਕਿ ਜਿਹੜੀ ਬਿਆਨਬਾਜ਼ੀ ਹੈ ਤਾਂ ਉਹ ਕੀ ਕਾਂਗਰਸ ਦੀ ਅਗਲੀ ਜਿਹੜੀ ਉਹ ਮਾਨਸਿਕਤਾ ਉਹਨੂੰ ਦਰਸਾਉਂਦੀ ਨਹੀਂ ਕਿ ਹਾਲੇ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆਈ, ਨਾ ਤਾਂ ਉਹ ਸੂਬੇ ਨੂੰ ਉਹਦੇ ਅਧਿਕਾਰ ਮੋੜਨ ਵਾਲੇ ਪਾਸੇ ਜਾਂ ਜਿਹੜੇ
ਸਟੇਟ ਸਬਜੈਕਟ ਨੇ ਉਹਨਾਂ ਵਾਲੇ ਪਾਸੇ ਤੁਰਦੀ ਹੈ ਤੇ ਨਾ ਹੀ ਉਹ ਇਸ ਗੱਲ ਨੂੰ ਲੈ ਕੇ ਸਪਸ਼ਟਤਾ ਜ਼ਾਹਰ ਕਰਦੀ ਹੈ ਕਿ ਉਹ ਚੰਡੀਗੜ੍ਹ ਬਾਰੇ ਕਿਹੋ ਜਿਹੀ ਅਪਰੋਚ ਰੱਖਦੀ ਹੈ, ਜਿਵੇਂ ਹਰਿਆਣੇ ਬਾਰੇ ਵੀ ਹੁੰਦਾ ਕਿ ਐਸ ਵਾਈ ਐਲ ਦੇ ਬਾਰੇ ਕਿਹੋ ਜਿਹੀ ਅਪਰੋਚ ਰੱਖਦੀ ਹੈ। ਇਹ ਸਾਰੇ ਮਸਲੇ ਜਿੰਨੇ ਬੀਬੀਐਮਬੀ ਦੀ ਗੱਲ ਹੋ ਗਈ, ਫਿਰ ਗੱਲ ਉੱਥੇ ਹੀ ਆਉਂਦੀ ਹੈ ਕਿ ਵਾਰ ਵਾਰ ਕਾਂਗਰਸ ਜਦੋਂ ਕਹਿੰਦੀ ਹੈ ਕਿ ਸਾਡੇ 'ਚ ਤਬਦੀਲੀ ਆ ਗਈ ਤਾਂ ਅਸੀਂ ਉਸ ਤਬਦੀਲੀ ਨੂੰ ਕੀ ਸ਼ੱਕੀ ਨਜ਼ਰੀਏ ਨਾਲ ਵੇਖੀਏ ਕਿ ਕੋਈ ਪਤਾ ਨਹੀਂ ਇਹਨਾਂ ਦਾ ਮੁੜ ਕੇ ਆ ਕੇ ਫਿਰ ਇਹ ਵੀ ਹੱਥ ਵੱਢਣ ਵਾਲੇ ਪਾਸੇ ਤੁਰਨ। ਜਿਹੜੀ ਕਾਂਗਰਸ ਦੀ ਲੀਡਰਸ਼ਿਪ ਆ ਨਾ ਪੰਜਾਬ ਦੀ, ਉਹ ਕਿਸੇ ਵੀ ਜਿਹੜਾ ਪੰਜਾਬ ਪ੍ਰਤੀ ਇਸ਼ੂਸ ਹੈਗੇ ਨੇ, ਚਾਹੇ ਚੰਡੀਗੜ੍ਹ ਹੈਗਾ, ਚਾਹੇ ਪਾਣੀਆਂ ਦਾ ਇਸ਼ੂ ਹੈ ਜਾਂ ਹੋਰ ਇਸ਼ੂਜ਼ ਨੇ, ਉਹਨਾਂ ਨੇ ਓਵਰ ਦੀ ਈਅਰਸ ਕੋਈ ਵੀ ਜਿਹੜੀ ਹੈਗੀ ਪ੍ਰਮੁੱਖਤਾ ਨਾਲ ਆਪਣੀ ਸਟੇਟਮੈਂਟਸ ਨਹੀਂ ਦਿੱਤੀਆਂ ਕਿ ਉਹਨਾਂ ਦੀਆਂ ਇਸ ਬਾਰੇ ਕੀ ਪੋਲਿਸੀਜ਼ ਹੈਗੀਆਂ ਨੇ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਹੈਗੀ ਆ। ਹੁਣ ਵੀ ਜਦੋਂ ਕੱਲ੍ਹ ਮਨੀਸ਼ ਤਿਵਾੜੀ ਨੇ ਦਿੱਤਾ, ਜਿਹੜਾ ਕਿ ਬੜਾ ਪ੍ਰੋਮੀਨੈਂਟ ਮੈਂਬਰ ਹੈਗਾ ਪੰਜਾਬ ਪ੍ਰਦੇਸ਼ ਕਾਂਗਰਸ ਦਾ, ਵੀ ਉਹਨਾਂ ਨੇ ਜਦੋਂ ਇਹ ਬਿਆਨ ਦਿੱਤਾ ਤੇ ਇਹਨਾਂ ਦੇ ਕਾਂਗਰਸ ਦੇ ਜਿਹੜੇ ਪ੍ਰੈਜੀਡੈਂਟ ਆ ਅਮਰਿੰਦਰ ਸਿੰਘ ਗਿੱਲ, ਉਹਨਾਂ ਨੇ ਵੀ ਇਸ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਘੱਟੋ ਘੱਟ ਕਾਂਗਰਸ ਦਾ ਇਹ ਫਰਜ਼ ਬਣਦਾ ਸੀ ਵੀ ਜਦੋਂ ਗਰੰਟੀ ਵਾਲਾ ਮੈਨੀਫੈਸਟੋ ਜਾਰੀ ਕੀਤਾ ਹੈਗਾ ਕਾਂਗਰਸ ਪਾਰਟੀ ਨੇ, ਸੈਂਟਰ ਲੀਡਰਸ਼ਿਪ ਨੇ, ਉਹਦੇ ਵਿੱਚ ਇਹਨਾਂ ਨੂੰ ਅਸ਼ੋਰੈਂਸ ਲੈਣੀ ਚਾਹੀਦੀ ਸੀ ਪੰਜਾਬ ਬਾਰੇ ਕਿ ਜਦੋਂ ਜੇ ਇੰਡੀ ਅਲਾਇੰਸ ਪਾਵਰ 'ਚ ਆਉਂਦਾ ਹੈਗਾ ਤਾਂ ਉਹਨਾਂ ਦਾ ਪੰਜਾਬ ਪ੍ਰਤੀ ਕੀ ਰਵੱਈਆ ਹੋਊਗਾ। ਕਿਉਂਕਿ ਜਿਹੜੇ ਕਾਂਗਰਸ ਦੇ ਪ੍ਰੈਜ਼ੀਡੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਕਰ ਰਹੇ ਹੋ ਮੇਰੇ ਖਿਆਲ ਤੁਹਾਡਾ? ਹਾਂਜੀ ਹਾਂਜੀ, ਅਮਰਿੰਦਰ ਸਿੰਘ ਰਾਜਾ ਵੜਿੰਗ ਬਈ, ਇਹਨਾਂ ਦਾ ਜਿਹੜੀ ਸੈਂਟਰ ਲੀਡਰਸ਼ਿਪ ਆ, ਜਿਹੜੇ ਪੰਜਾਬ ਦੇ ਲਿੰਗਰਿੰਗ ਇਸ਼ੂਜ਼ ਹੈਗੇ ਆ, ਕਿ ਉਹਨਾਂ ਪ੍ਰਤੀ ਉਹ ਕੋਈ ਹੁਣ ਸੰਵੇਦਨਸ਼ੀਲ ਆਪਣਾ ਕੋਈ ਰੁੱਖ ਅਪਣਾਉਣਗੇ ਕਿ ਨਹੀਂ, ਮਤਲਬ ਕਿ ਰੱਖ ਸਕਣਗੇ ਕਿ ਨਹੀਂ ਰੱਖ ਸਕਣਗੇ, ਇਸ ਲਈ ਉਹਨਾਂ ਨੂੰ ਕਲੈਰੀਫਾਈ ਕਰਨਾ ਬਣਦਾ ਸੀਗਾ। ਜਿਹੜਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਉਹਨਾਂ ਤੋਂ ਅਸ਼ੋਰੈਂਸ ਲੈਣੀ ਚਾਹੀਦੀ ਸੀ ਕਿ ਜੇ ਇੰਡੀ ਅਲਾਇੰਸ ਆਉਂਦਾ ਹੈਗਾ ਤਾਂ ਉਹ ਤਾਂ ਆਪਣੀ ਪਹਿਲੀ ਤਰਜ਼ 'ਤੇ ਜਿਹੜੇ ਪੰਜਾਬ ਦੇ ਜਿੰਨੇ ਇਸ਼ੂਜ਼ ਨੇ ਇੰਕਲੂਡਿੰਗ ਚੰਡੀਗੜ੍ਹ, ਇਹਨਾਂ 'ਤੇ ਉਹ ਕੀ ਪਤਲ ਕੇ ਆਪਣਾ ਰੁੱਖ ਅਖਤਿਆਰ ਕਰਨਗੇ। ਪਰ ਇਸ ਤਰ੍ਹਾਂ ਦਾ ਕੋਈ ਯਤਨ ਕੀਤਾ ਨਹੀਂ ਗਿਆ ਹੈਗਾ, ਨਾ ਹੀ ਕੋਈ ਕਿਸੇ ਅਖਬਾਰ ਵਿੱਚ ਇਸ ਬਾਰੇ ਆਇਆ ਹੈਗਾ। ਜਦੋਂ ਦਾ ਕੱਲ੍ਹ ਦੀ ਮਨੀਸ਼ ਤਿਵਾੜੀ ਦੀ ਸਿਟੀ ਸਟੇਟ ਬਾਰੇ ਸਟੇਟਮੈਂਟ ਆਈ ਹੈ, ਉਹਦੇ 'ਤੇ ਵੀ ਪ੍ਰਦੇਸ਼ ਕਾਂਗਰਸ ਦਾ ਕੋਈ ਪ੍ਰਤੀਕਰਮ ਨਹੀਂ ਆਇਆ ਹਜੇ ਤੱਕ ਕਿ ਕੀ ਐਗਰੀ ਕਰਦੇ ਨੇ ਉਹਦੀ ਸਟੇਟਮੈਂਟ ਨਾਲ ਜਾਂ ਨਹੀਂ ਐਗਰੀ ਕਰਦੇ। ਮੈਂ ਕੋਸ਼ਿਸ਼ ਕਰਦਾ ਇਹਦੇ ਬਾਰੇ ਸੋਸ਼ਲ ਮੀਡੀਆ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੇ ਕੀ ਕੋਈ ਸਟੇਟਮੈਂਟ ਮਤਲਬ ਕਿ ਜਾਰੀ ਕੀਤੀ ਹੈ ਜਾਂ ਕੁਛ ਕਿਹਾ, ਜਦੋਂ ਵੀ ਉਹ ਅਪਡੇਟ ਮੇਰੇ ਕੋਲੇ ਸਾਹਮਣੇ ਆਏਗੀ ਤੇ ਉਹਦੇ ਬਾਰੇ ਮੈਂ ਜ਼ਰੂਰ ਜ਼ਿਕਰ ਕਰਾਂਗਾ। ਅੱਛਾ, ਇੱਥੇ ਇਹ ਆ ਕਿ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਇਹ ਆਪਣੀ ਕੇਂਦਰੀ ਲੀਡਰਸ਼ਿਪ ਨਾਲ ਗੱਲ ਕਰਕੇ ਦੱਸਣਗੇ ਕਿ ਨਹੀਂ, ਜਿਵੇਂ ਸੁਨੀਲ ਜਾਖੜ ਨੇ ਆਪਣੇ ਵੱਲੋਂ ਤਾਂ ਬਿਆਨ ਦੇ ਤਾ, ਕੇਂਦਰੀ ਲੀਡਰਸ਼ਿਪ ਇਹਦੇ ਬਾਰੇ ਕੀ ਸੋਚਦੀ ਹੈ ਜਾਂ ਉਹ ਸੂਬਿਆਂ ਦੇ ਵੱਧ ਅਧਿਕਾਰਾਂ ਬਾਰੇ ਕੀ ਸੋਚਦੀ ਹੈ, ਬਹੁਤ ਸਾਰੇ ਸਵਾਲ ਖੜੇ ਹੁੰਦੇ। ਕੀ ਅਸੀਂ ਇੱਥੇ ਅਕਾਲੀ ਦਲ ਦੀ ਪੁਜੀਸ਼ਨ ਨੂੰ ਸਹੀ ਮੰਨੀਏ, ਜਿਵੇਂ ਸੁਖਬੀਰ ਬਾਦਲ ਕਹਿੰਦੇ ਕਿ ਦਿੱਲੀ ਵਾਲਿਆਂ ਨੂੰ ਭਜਾਓ, ਪੰਜਾਬ ਬਚਾਓ, ਦਿੱਲੀ ਦੇ ਫੈਸਲੇ ਜਿਹੜੇ ਨੇ ਉਹ ਦਿੱਲੀ ਕਿਉਂ ਪੰਜਾਬ ਦੇ ਬਾਰੇ ਉਸ ਤਰੀਕੇ ਨਾਲ ਸੋਚ ਕੇ ਫੈਸਲੇ ਕਰੇਗੀ ਜੋ ਪੰਜਾਬ ਦੀ ਨਬਜ਼, ਪੰਜਾਬ ਦੀ ਖੇਤਰੀ ਪਾਰਟੀ ਪਛਾਣਦੀ ਹੈ, ਜਾਂ ਅਕਾਲੀ ਦਲ ਦੇ ਐਲਾਨਨਾਮੇ ਵਾਂਗੂ ਇਹਨਾਂ ਦੀ ਪੁਜੀਸ਼ਨ ਨੂੰ ਅਸੀਂ ਕਿਵੇਂ ਸਮਝੀਏ? ਕੀ ਮਤਲਬ ਅਸੀਂ ਫਿਰ ਉਸੇ ਪਾਸੇ ਵੱਲ ਤੁਰੀਏ ਕਿ ਖੇਤਰੀ ਪਾਰਟੀ ਸਹੀ ਹੈ, ਫਿਰ ਇੱਥੇ ਬੈਠ ਕੇ ਪੰਜਾਬ ਦੇ ਫੈਸਲੇ ਪੰਜਾਬ ਦੇ ਮੁਤਾਬਕ ਕਰਨਗੇ, ਜਾਂ ਫਿਰ ਕੱਲ੍ਹ ਨੂੰ ਇਹਨਾਂ ਤੇ ਵੀ ਮਤਲਬ ਕਿ ਇਸ ਗੱਲ ਦੀ ਲੈ ਕੇ ਉਂਗਲ ਉੱਠੇਗੀ ਕਿ ਕੱਲ੍ਹ ਨੂੰ ਜੇ ਤੁਹਾਨੂੰ ਕੋਈ ਤਾਕਤ ਮਿਲਦੀ ਹੈ ਜਾਣਾ ਤਾਂ ਫਿਰ ਕੇਂਦਰੀ ਸਿਆਸਤ ਵਾਲੇ ਪਾਸੇ ਨੂੰ ਪੈਣਾ ਕਿ ਉਹਨਾਂ ਦੇ ਉਹਨਾਂ ਤੋਂ ਤੁਸੀਂ ਪੰਜਾਬ ਦੇ ਲਈ ਆਪਣੇ ਹੱਕ ਹਕੂਕ ਮੰਗਣ ਪੈਣਾ, ਤੇ ਉੱਥੇ ਤੁਹਾਡੀ ਜਿਹੜੀ ਆ ਉਹ ਪੈਂਤੜੇਬਾਜ਼ੀ ਕਿੱਦਾਂ ਦੀ ਹੋਏਗੀ ਜਾਂ ਮੋਰਚਾਬੰਦੀ ਕਿੱਦਾਂ ਦੀ ਹੋਏਗੀ? ਕੀ ਤੁਸੀਂ ਇੰਨੀ ਤਾਕਤ ਰੱਖੋਗੇ ਕਿ ਉਹਨਾਂ ਦੀ ਅੱਖਾਂ ਚੱਕ ਪਾ ਕੇ ਗੱਲ ਕਰੋ? ਜਿਹੜੀ ਕਿ ਅਕਾਲੀ ਦਲ ਦੇ ਲਈ ਨਾ ਬੜੀ ਵੱਡੇ ਕ੍ਰਾਈਸਿਸ ਹੈਗੇ ਆ,
ਉਹਨਾਂ ਦੀ ਜਿਹੜੀ ਵਿਜ਼ਨ ਹੈਗੀ ਆ ਨਾ ਉਹ ਕਲੈਰੀਫਾਈ ਨਹੀਂ ਕਰ ਰਹੀ, ਭਾਵੇਂ ਉਹਨਾਂ ਨੇ ਦਾਵਾ ਐਲਾਨਨਾਮੇ ਵਿੱਚ ਕੀਤਾ ਹੈਗਾ ਚੰਡੀਗੜ੍ਹ ਬਾਰੇ, ਪਰ ਉਹਨਾਂ ਨੇ ਆਪਣੀ ਅਪਰੋਚ ਬਾਰੇ ਕੋਈ ਸਪਸ਼ਟਤਾ ਨਹੀਂ ਦਿਖਾਈ, ਅਤੇ ਨਾ ਹੀ ਉਹ ਆਪਣਾ ਇੱਕ ਤਰ੍ਹਾਂ ਨਾਲ ਐਲਾਨਨਾਮੇ ਦੇ ਰਾਹੀਂ ਵੀ ਸਿੱਖਸ ਦੇ ਅੰਦਰ ਅਤੇ ਪੰਜਾਬੀਆਂ ਦੇ ਵਿੱਚ ਆਪਣਾ ਉਹ ਭਰੋਸੇਯੋਗਤਾ ਹਾਸਲ ਕਰ ਸਕੇ ਨੇ, ਵੀ ਕੀ ਇਹ ਜੋ ਉਹ ਕਹਿ ਰਹੇ ਨੇ ਸਟੇਟਮੈਂਟਸ ਦੇ ਰਹੇ ਨੇ, ਕੀ ਇਹ ਆਉਣ ਵਾਲੇ ਸਮੇਂ 'ਚ ਉਸ 'ਤੇ ਕੋਈ ਪੱਕੇ ਰਹਿਣਗੇ, ਕਿ ਜਾਂ ਇਹ ਜੇ ਇੱਥੋਂ ਕੋਈ ਵੀ ਸੀਟ ਜਿੱਤਦੇ ਹੈਗੇ ਪੰਜਾਬ 'ਚੋਂ, ਵੀ ਕੀ ਉਹ ਸੀਟ ਜਿਹੜੀ ਹੈ ਆਖਿਰਕਾਰ ਭਾਰਤੀ ਜਨਤਾ ਪਾਰਟੀ ਦੇ ਨਾਲ ਜਾਊਗੀ, ਕਿ ਇਹ ਉਲਟ ਖੜਨਗੇ ਜਿਵੇਂ ਹੁਣ ਇਹ ਅੱਡ ਹੋ ਕੇ ਇਲੈਕਸ਼ਨਾਂ ਲੜ ਰਹੇ ਨੇ। ਇਸ ਬਾਰੇ ਵੀ ਬਹੁਤ ਵੱਡਾ ਕੁਐਸਚਨ ਮਾਰਕ ਹੈਗਾ, ਬਈ ਇਹ ਜੇ ਇੰਡੀ ਅਲਾਇੰਸ ਕਾਂਗਰਸ ਕਰਕੇ ਉਹਦੇ 'ਚ ਨਹੀਂ ਜਾਂਦੇ ਤਾਂ ਫਿਰ ਇਹ ਕੀ ਆਪਣਾ ਜੇ ਕੋਈ ਵੀ ਸੀਟ ਇਹ ਪੰਜਾਬ 'ਚੋਂ ਜਿੱਤਦੇ ਹੈਗੇ ਆ, ਭਾਵੇਂ ਇੱਕ ਜਿੱਤਦੇ ਆ ਭਾਵੇਂ ਕਿੰਨੀਆਂ ਜਿੱਤਦੇ ਹੈਗੇ ਨੇ, ਉਹਨਾਂ ਉਸ ਬਾਰੇ ਪਾਰਟੀ ਪ੍ਰੈਜੀਡੈਂਟ ਸੁਖਬੀਰ ਸਿੰਘ ਬਾਦਲ ਨੂੰ ਕੈਟਾਗੋਰੀਕਲੀ ਕਲੀਅਰ ਕਰਨਾ ਚਾਹੀਦਾ ਸੀਗਾ ਕਿ ਉਹਨਾਂ ਦਾ ਕੀ ਸਟੈਂਡ ਰਹੂਗਾ ਜਦੋਂ ਇਲੈਕਸ਼ਨਾਂ ਤੋਂ ਬਾਅਦ ਰਿਜ਼ਲਟਸ ਆਉਂਦੇ ਨੇ। ਇਸੇ ਕਰਕੇ ਜੇ ਚੰਡੀਗੜ੍ਹ ਬਾਰੇ ਵੀ ਇਹ ਆਪਣੀ ਸੁਹਿਰਦਤਾ ਦਿਖਾਉਂਦੇ ਨੇ ਤਾਂ ਇਹਨਾਂ ਨੂੰ ਇਹ ਦੱਸਣਾ ਪਊਗਾ ਵੀ ਇਹਦੇ ਬਾਰੇ ਜਦੋਂ ਇਹਨਾਂ ਦੀਆਂ ਭਾਈਵਾਲ ਸਰਕਾਰਾਂ ਰਹੀਆਂ ਨੇ ਸੈਂਟਰ ਦੇ ਵਿੱਚ ਫਰੋਮ 77 ਆਨਵਰਡਸ, 1977 ਆਨਵਰਡਸ, ਦੇਖੋ ਉਦੋਂ ਵੀ ਇਹ ਕੇਂਦਰੀ ਮੰਤਰੀ ਵੀ ਸੀਗੇ ਅਕਾਲੀ ਦਲ ਦੇ ਮੈਂਬਰ, ਜਿਹੜੇ ਮੈਂਬਰ ਪਾਰਲੀਮੈਂਟ ਸੀਗੇ, ਅਤੇ ਉਹਦੇ ਵਿੱਚ ਇਹ ਅਹਿਮ ਪੁਜ਼ੀਸ਼ਨਾਂ 'ਤੇ ਵੀ ਰਹੇ ਹੈਗੇ ਆ। ਫਿਰ ਇਸੇ ਤਰ੍ਹਾਂ ਜਿਹੜੀਆਂ ਹੋਰ ਨੋਨ ਕਾਂਗਰਸ ਸਰਕਾਰਾਂ ਆਈਆਂ ਨੇ ਓਵਰ ਦਾ ਈਅਰਸ, ਈਵਨ ਹੁਣ 10 ਸਾਲ ਜਿਵੇਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਸਰਕਾਰ ਰਹੀ ਆ, ਤਾਂ ਇਹਨਾਂ ਦੀ ਕਲੋਜ਼ ਅਲਾਇੰਸ ਰਹੀ ਆ ਇਹਨਾਂ ਨਾਲ, ਅਤੇ ਇਹਨਾਂ ਨੇ ਜਦੋਂ ਅਲਾਇੰਸ ਵਿੱਚ ਸੀਗੇ ਵੀ ਕਦੀ ਉਦੋਂ ਪੰਜਾਬ ਦਾ ਕੋਈ ਇਸ਼ੂ ਉਠਾਇਆ, ਜਾਂ ਕਿਉਂਕਿ ਹੁਣ ਇਹਨਾਂ ਨੇ ਆਪਣੇ ਐਲਾਨਨਾਮੇ ਵਿੱਚ ਵੀ ਜ਼ਿਕਰ ਕੀਤਾ ਕਿ ਸਾਡਾ ਕਰਜ਼ਾ ਮਾਫ਼ ਨਹੀਂ ਕੀਤਾ ਗਿਆ ਜਿਹੜਾ ਉਹ ਸਿੱਖ ਸਟਰਗਲ ਦੇ ਪੀਰੀਅਡ ਦੌਰਾਨ ਸਿਕਿਉਰਿਟੀ ਫੋਰਸਿਸ 'ਤੇ ਖਰਚ ਆਇਆ ਸੀਗਾ, ਪਰ ਇਹ ਗੱਲ ਵੀ ਉਹਨਾਂ ਦੀ ਫੈਕਚੁਅਲ ਨਹੀਂ ਹੈਗੀ, ਕਿਉਂਕਿ ਜਿਹੜੇ ਇੰਦਰ ਕੁਮਾਰ ਗੁਜਰਾਲ ਜਦੋਂ ਪ੍ਰਾਈਮ ਮਿਨਿਸਟਰ ਸੀਗੇ ਇੰਡੀਆ ਦੇ, ਉਹਨਾਂ ਨੇ ਇਹ ਲੋਨ ਜਿਹੜਾ ਸੀਗਾ ਪੈਂਡਿੰਗ ਲੋਨ ਇਹ ਰਾਈਟ ਆਫ ਕੀਤਾ ਸੀਗਾ ਅਕੋਰਡਿੰਗ ਟੂ ਪ੍ਰੈਸ ਸਟੇਟਮੈਂਟਸ, ਅਤੇ ਉਸੇ ਕਰਕੇ ਹੀ ਇਹਨਾਂ ਨੇ ਜਿਹੜਾ ਸਾਇੰਸ ਸਿਟੀ ਹੈਗਾ ਕਪੂਰਥਲੇ ਜਲੰਧਰ ਕੋਲੇ, ਉਹਦਾ ਨਾਮ ਵੀ ਜਿਹੜਾ ਇੰਦਰ ਕੁਮਾਰ ਗੁਜਰਾਲ ਦੇ ਨਾਂ 'ਤੇ ਰੱਖਿਆ ਗਿਆ ਸੀਗਾ, ਉਹ ਇਸੇ ਇਨ ਲਿਊ ਆਫ ਦੈਟ, ਮਤਲਬ ਕਿ ਜਿਹੜੀ ਉਹਨਾਂ ਨੇ ਉਦੋਂ ਗ੍ਰਾਂਟ ਜਿਹੜੀ ਲੋਨ ਜਿਹੜਾ ਸੀਗਾ ਕੈਂਸਲ ਕੀਤਾ ਸੀਗਾ। ਸੋ ਇਹ ਗੱਲਾਂ ਇਹਨਾਂ ਨੂੰ ਅਕਾਲੀ ਦਲ ਅੱਗੇ ਅੱਜ ਵੀ ਉਨੇ ਹੀ ਸਵਾਲ ਖੜੇ ਨੇ ਜਿੰਨੇ ਕਿ ਐਲਾਨਨਾਮਾ ਕਰਨ ਤੋਂ ਪਹਿਲੇ ਖੜੇ ਸੀਗੇ। ਨਹੀਂ ਇਹ ਇਹ ਵੀ ਤਾਂ ਗੱਲ ਤੁਰਦੀ ਹੈ ਨਾ ਕਿ ਜੇ ਅਕਾਲੀ ਦਲ ਐਲਾਨਨਾਮੇ ਦੇ ਵਿੱਚ ਆਪਣੀਆਂ ਮਤਲਬ ਕਿ ਤਰਜੀਹਾਂ ਜਾਂ ਸਿਧਾਂਤ ਜਾਂ ਅਸੂਲਾਂ ਦੇ ਮੁਤਾਬਕ ਉਹਦੇ ਵਿੱਚ ਹੋਰ ਅਪਡੇਸ਼ਨ ਕਰਕੇ ਅੱਗੇ ਵੱਧਦਾ ਆ, ਕਿ ਚਾਹੀਦਾ ਨਹੀਂ ਕਿ ਸਮੇਂ ਦੇ ਨਾਲ ਹੁਣ ਮਤਲਬ ਕਿ ਦੇਰ ਆਏ ਦਰੁਸਤ ਆ ਜਿਹੜੀ ਗੱਲ ਕਰਕੇ ਕਿ ਚਲੋ ਇੱਕ ਵਾਰੀ ਇਹਨਾਂ ਨੂੰ ਓਨਾ ਕੁ ਮਤਲਬ ਕਿ ਤਾਕਤ ਜਾਂ ਓਨਾ ਕੁ ਇਹਨਾਂ ਨੂੰ ਸਾਥ ਦੇਣ ਦੀ ਜ਼ਰੂਰਤ ਹੈ, ਮਤਲਬ ਕਿ ਕੀ ਇਹਨੂੰ ਇਹਨਾਂ ਦੇ ਐਲਾਨਨਾਮੇ ਨੂੰ ਸ਼ੱਕ ਦੇ ਦਾਇਰੇ 'ਚ ਹੀ ਰੱਖਣਾ ਚਾਹੀਦਾ ਹਾਲੇ ਵੀ, ਕਿ ਹਾਲੇ ਵੀ ਪਰਖ ਲਿਆ ਜਾਵੇ, ਜਾਂ ਫਿਰ ਕਈ ਇਹ ਵੀ ਗੱਲ ਕਹਿੰਦੇ ਨੇ ਕਿ ਅਕਾਲੀ ਦਲ ਕਦੇ ਇਹ ਪੁਜੀਸ਼ਨ ਸਪਸ਼ਟ ਕਰੇਗਾ ਕਿ ਅਸੀਂ ਭਵਿੱਖ ਵਿੱਚ ਕਦੇ ਵੀ ਕਿਸੇ ਕੇਂਦਰੀ ਧਿਰ ਦੇ ਨਾਲ ਓਦਾਂ ਸਮਝੌਤਾ ਜਿਸ ਕਿਸਮ ਦਾ ਇਹਨਾਂ ਦਾ ਬੀਜੇਪੀ ਦੇ ਨਾਲ ਰਿਹਾ ਜਾਂ ਬੀਜੇਪੀ ਨਾਲ ਵੀ ਇਨ ਫਿਊਚਰ ਅਸੀਂ ਕਦੇ ਸਮਝੌਤਾ ਨਹੀਂ ਕਰਾਂਗੇ ਕਿਸੇ ਵੀ ਢੰਗ ਨਾਲ, ਭਾਵੇਂ ਹੋਵੇ ਭਾਵੇਂ ਉਹ ਕਹਿਣ ਕੇ ਛਲਾਵੇ ਵਿੱਚ ਲੈ ਕੇ ਕਹਿਣ ਕੇ ਅਸੀਂ ਆਹ ਮਸਲੇ ਹੱਲ ਕਰਦੇ ਹਾਂ। ਇਹ ਤਾਂ ਬੜਾ ਵੱਡਾ ਸਵਾਲ ਹੈਗਾ ਸੁੰਦਰ, ਵੀ ਕੀ ਇਹ ਆਪਣਾ ਇੰਡੀਪੈਂਡੈਂਟ ਸਟੈਂਸ ਰੱਖਣਗੇ ਇਲੈਕਸ਼ਨਾਂ ਤੋਂ ਬਾਅਦ ਜੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ,
ਕਿ ਜਾਂ ਇਹ ਕਿਸੇ ਨਾਲ ਦੁਬਾਰਾ ਭਾਈਵਾਲ ਬਣਨਗੇ ਇਹ, ਕਿਉਂਕਿ ਇੱਕ ਰੀਜਨਲ ਪਾਰਟੀ ਨੂੰ ਆਪਣੀ ਇੱਕ ਵੱਖਰੀ ਪਛਾਣ ਬਣਾ ਕੇ ਰੱਖਣੀ ਬਹੁਤ ਕਿਸੇ ਵੀ ਸੂਬੇ ਲਈ ਬਹੁਤ ਜ਼ਰੂਰੀ ਹੈਗਾ। ਤੁਸੀਂ ਸਾਊਥ ਦੀਆਂ ਸਟੇਟਸ ਦੇਖ ਲਓ, ਉਹ ਆਪਣੀ ਜਿੱਥੋਂ ਤੱਕ ਉਹਨਾਂ ਦੇ ਸਟੇਟ ਦੇ ਇੰਟਰਸਟ ਜਦੋਂ ਆਉਂਦੇ ਆ ਤਾਂ ਫਿਰ ਚਾਹੇ ਰੂਲਿੰਗ ਪਾਰਟੀ ਆ ਅਤੇ ਚਾਹੇ ਓਪੋਜੀਸ਼ਨ ਪਾਰਟੀ 'ਚ ਨੇ, ਤਾਂ ਉਦੋਂ ਉਹਨਾਂ ਦਾ ਇੱਕ ਸਟੈਂਸ ਹੁੰਦਾ ਹੈਗਾ, ਉਹ ਹੈ ਉਹ ਵੀ ਰੀਜਨਲ ਪਾਰਟੀ 'ਚ ਨੇ। ਚਾਹੇ ਤਾਮਿਲਨਾਡੂ ਦੀ ਤੁਸੀਂ ਦੇਖ ਲਓ, ਚਾਹੇ DMK ਆ ਚਾਹੇ ਅੰਨਾ DMK ਆ, ਤੁਸੀਂ ਰਾਜੀਵ ਗਾਂਧੀ ਦੇ ਕਤਲ ਦੇ ਕੇਸ ਵਿੱਚ ਉਹਨਾਂ ਦੇ ਜਿਹੜੇ ਕਨਵਿਕਟ ਸੀਗੇ ਉਹਨਾਂ ਬਾਰੇ ਤੁਸੀਂ ਦੇਖ ਲਓ ਕਿੱਦਾਂ ਕਲੀਅਰ ਕੱਟ ਸਟੈਂਡ ਲਿਆ ਸੀਗਾ। ਇਸੇ ਤਰ੍ਹਾਂ ਜਦੋਂ ਲੈਂਗੁਏਜ ਦਾ ਸਵਾਲ ਆਉਂਦਾ ਹੈਗਾ, ਨੈਸ਼ਨਲ ਐਜੂਕੇਸ਼ਨ ਪੋਲਿਸੀ ਦਾ ਸਵਾਲ ਆਉਂਦਾ ਹੈਗਾ, CAA ਬਾਰੇ ਸਵਾਲ ਆਉਂਦਾ ਹੁੰਦਾ, ਤਾਂ ਉਹਨਾਂ ਸਾਰਿਆਂ ਦੇ ਇੱਕ ਸਟੈਂਸ ਹੁੰਦੇ ਹੈਗੇ ਉਸ ਟਾਈਮ 'ਤੇ। ਅਤੇ ਕੀ ਅਕਾਲੀ ਦਲ ਆਪਣੀ ਇਸ ਤਰ੍ਹਾਂ ਦੀ ਇੰਡੀਪੈਂਡੈਂਟ ਸਟੈਂਸ ਰੱਖ ਸਕੂਗਾ ਕਿ ਨਹੀਂ ਰੱਖ ਸਕੂਗਾ? ਐਲਾਨਨਾਮੇ ਨੇ ਕਈ ਗੱਲਾਂ ਜ਼ਰੂਰ ਉਠਾਈਆਂ ਨੇ, ਪਰ ਕਈ ਗੱਲਾਂ ਜਿਹੜੀਆਂ ਨੇ ਉਹ ਬਹੁਤ ਮਿਸਡਾਇਰੈਕਟਡ ਨੇ, ਜਿਵੇਂ ਕਿ ਕਰਤਾਰਪੁਰ ਸਾਹਿਬ ਬਾਰੇ ਉਹਨਾਂ ਨੇ ਗੱਲ ਉਠਾਈ ਆ ਵੀ ਹੁਣ ਇਹਨਾਂ ਦਾ ਤਬਾਦਲਾ ਕਰ ਲਿੱਤਾ ਜਾਵੇ। ਇਹ ਕਿਹੜੀ ਪੋਜੀਸ਼ਨ 'ਚ ਕਿਸ ਤਰ੍ਹਾਂ ਇਹ ਸੰਭਵ ਹੈਗਾ ਅੱਜ ਦੇ ਯੁੱਗ ਵਿੱਚ? ਸਗੋਂ ਇਹਨਾਂ ਦੀ ਮੰਗ ਤਾਂ ਇਹ ਚਾਹੀਦੀ ਆ ਕਿ ਆਪਣੇ ਜਿਹੜੇ ਹੈਗੇ ਆ ਬਾਰਡਰ ਖੋਲ੍ਹੇ ਜਾਣ, ਅਤੇ ਉਸ ਪ੍ਰਤੀ ਇਹ ਆਪਣਾ ਮਤਲਬ ਇਹ ਡਿਕਲੇਅਰ ਕਰਨ ਆਪਣਾ ਸਟੈਂਡ ਕਿ ਅਸੀਂ ਇਸ ਨੂੰ ਪਹਿਲੀ ਤਰਜੀਹ 'ਤੇ ਲਵਾਂਗੇ ਕਿ ਸਾਡੇ ਜਿਹੜੇ ਬਾਰਡਰ ਆ ਵਿਦ ਨੇਬਰਿੰਗ ਪਾਕਿਸਤਾਨ ਉਹ ਸਾਰੇ ਖੋਲ੍ਹੇ ਜਾਣ। ਅਤੇ ਉੱਥੇ ਈਵਨ ਜਿਹੜੀ ਕਰਤਾਰਪੁਰ ਸਾਹਿਬ ਨੂੰ ਐਂਟਰੀ ਹੈਗੀ ਆ ਉਹ ਬਿਲਕੁਲ ਵੀਜ਼ਾ ਫਰੀ ਐਂਟਰੀ ਚਾਹੀਦੀ ਹੈਗੀ ਆ। ਨਹੀਂ ਇਹਦੇ ਇਹਦੇ ਬਾਰੇ ਇਹਨਾਂ ਨੇ ਜ਼ਿਕਰ ਕੀਤਾ ਆ, ਇਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਵਪਾਰ ਖੁੱਲ੍ਹਣਾ ਚਾਹੀਦਾ, ਸਾਡਾ ਵਪਾਰੀਆਂ ਨੂੰ ਵੀ ਫਾਇਦਾ ਹੋਏਗਾ। ਇਹ ਜ਼ਿਕਰ ਇਹਨਾਂ ਨੇ ਲਗਾਤਾਰ ਕੀਤਾ ਆ। ਕਰਤਾਰਪੁਰ ਸਾਹਿਬ ਬਾਰੇ ਵੀ ਇਹਨਾਂ ਦਾ ਇਹ ਸਟੈਂਡ ਦਾ ਚਲੋ ਹੈਗਾ ਕਿ ਜ਼ਮੀਨ ਦੀ ਅਦਲਾ ਬਦਲੀ, ਨਾਲ ਇਹ ਵੀ ਗੱਲ ਕੀਤਾ ਕਿ ਉਹਨੂੰ ਸੁਖਾਲਾ ਕੇ ਇੱਦਾਂ ਹੋਵੇ ਕਿ ਬੰਦਾ ਪਰਮਿਟ ਕੋਈ ਇਹੋ ਜਿਹਾ ਇਸ਼ੂ ਹੋ ਜਾਏ ਕਿ ਸੁਖਾਲਾ ਜਾ ਸਕੇ। ਪਰ ਜਿਵੇਂ ਤੁਸੀਂ ਕਿਹਾ ਕਿ ਸਵਾਲ ਹੋਰ ਵੱਡੇ ਹੁੰਦੇ ਨੇ ਕਿ ਕੱਲ੍ਹ ਨੂੰ ਨਨਕਾਣਾ ਸਾਹਿਬ ਬਾਰੇ ਕਿੱਦਾਂ ਦੀ ਪੋਜੀਸ਼ਨ ਰੱਖੋਗੇ, ਜਾਂ ਫਿਰ ਜਿਹੜੀ ਕੇਂਦਰੀ ਸਿਆਸਤ ਆ ਜਾਂ ਰਾਸ਼ਟਰਵਾਦੀ ਸਿਆਸਤ ਆ ਜਾਂ ਦੇਸ਼ ਭਗਤੀ ਵਾਲੀ ਸੋ ਕਾਲਡ ਉਹ ਚੱਲਦੀ ਹੈ ਉਹਦੇ ਤਹਿਤ ਤੁਸੀਂ ਕਿਵੇਂ ਚੱਲੋਗੇ। ਫਿਰ ਇਹ ਵੀ ਹੈ ਕਿ ਜੇ ਅਸੀਂ ਵਾਰ ਵਾਰ ਇਹ ਗੱਲ ਕਹੀਏ ਕਿ ਤੁਸੀਂ ਕੇਂਦਰ ਤੋਂ ਵੱਖ ਹੋ ਕੇ ਜਾਂ ਆਪਣਾ ਇੱਕ ਮਤਲਬ ਕਿ ਇੱਕ ਇਹੋ ਜਿਹੇ ਝੰਡਾ ਬਰਦਾਰ ਪੰਜਾਬ ਦੇ ਬਣ ਕੇ ਖੜ ਜਾਓ, ਕੀ ਕੇਂਦਰ ਦੇ ਨਾਲ ਮਤਲਬ ਕਿ ਜਿਵੇਂ ਕਹਿੰਦੇ ਕਿ ਰਲ ਮਿਲ ਕੇ ਚੱਲਣ ਵਾਲੀ ਗੱਲ ਹੈ, ਤਾਲਮੇਲ ਵਿੱਚ ਹੋਣ ਦੀ ਗੱਲ ਹੈ, ਕਿ ਉਹਦੇ ਤੋਂ ਬਿਨਾਂ ਪੰਜਾਬ ਦੇ ਮਸਲੇ ਹੱਲ ਹੁੰਦੇ ਨਜ਼ਰ ਆਉਂਦੇ ਨੇ? ਜਿਵੇਂ ਕਿ ਭਗਵੰਤ ਮਾਨ ਸਾਹਿਬ ਕਈ ਵਾਰੀ ਦਬਕਾ ਦੇ ਦਿੰਦੇ ਨੇ ਕਿ ਜੀ ਅਸੀਂ ਪੰਜਾਬ ਆਪਣੀ ਆਪਣੇ ਸਰੋਤ ਆਪ ਪੈਦਾ ਕਰ ਲਏਗਾ, ਪੰਜਾਬ ਆਪ ਇਹੋ ਜਿਹਾ ਮਤਲਬ ਕਿ ਆਪਣੇ ਪੈਰਾਂ ਤੇ ਖੜਾ ਹੋ ਜਾਏਗਾ ਕਿ ਸਾਨੂੰ ਕੇਂਦਰ ਵੱਲ ਝਾਕਣ ਦੀ ਲੋੜ ਨਹੀਂ। ਜਿਹੜੇ ਪੰਜਾਬ ਦੇ ਇਸ਼ੂਜ਼ ਨੇ ਨਾ ਸੁਖਵਿੰਦਰ, ਇਹ 1966 ਤੋਂ ਬਾਅਦ ਜਿਹੜੇ ਅਨਰਿਜ਼ੋਲਵਡ ਇਸ਼ੂ ਪਏ ਨੇ ਉਹ ਹੋਈ ਜਦੋਂ ਜਦੋਂ ਸਮਾਂ ਲੰਘਦਾ ਗਿਆ ਹੈਗਾ ਤੋਂ ਤੋਂ ਉਹ ਇਸ਼ੂ ਜਿਹੜੇ ਹੈਗੇ ਗੁੰਝਲਦਾਰ ਹੁੰਦੇ ਗਏ ਹੈਗੇ ਆ। ਚਾਹੇ ਤੁਸੀਂ ਪਾਣੀਆਂ ਦਾ ਮਸਲਾ ਲੈ ਲਓ, ਚਾਹੇ ਤੁਸੀਂ ਜਿਹੜੇ ਆਪਣੇ 70% ਪਲੱਸ ਪਾਣੀ ਆਪਣਾ ਬਾਹਰ ਨੇਬਰਿੰਗ ਸਟੇਟਸ ਨੂੰ ਜਾ ਰਿਹਾ ਹੈਗਾ ਉਹਦੇ 'ਤੇ ਕੀਮਤ ਵਸੂਲੀ ਦਾ ਮਸਲਾ ਹੋਵੇ, ਇਹ ਸਾਰੇ ਜਿੰਨੇ ਮਸਲੇ ਨੇ, ਚਾਹੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਆਪਣੀ ਪਰਮਾਨੈਂਟ ਰੈਪ੍ਰਜੈਂਟੇਸ਼ਨ ਹੁੰਦੀ ਸੀ ਪੰਜਾਬ ਦੀ, ਤੇ ਉਹਦੇ ਵਿੱਚ ਸਵਾਏ ਪੰਜਾਬ ਤੇ ਹਰਿਆਣੇ ਤੋਂ ਇਲਾਵਾ ਕਿਸੇ ਨੂੰ ਵੀ ਉੱਥੇ ਰੈਪ੍ਰਜੈਂਟੇਟਿਵ ਨਹੀਂ ਸੀ ਬਣਾਇਆ ਜਾਂਦਾ। ਹੁਣ ਕੇਂਦਰ ਦੀ ਸਰਕਾਰ ਨੇ ਆਪਣੀ ਨਵੀਂ ਨੀਤੀ ਆਧਾਰ ਉਹਨੂੰ ਓਪਨ ਕਰਤਾ ਹੈਗਾ, ਭਾਖੜਾ ਬਿਆਸ ਮੈਨੇਜਮੈਂਟ ਦੀ ਜਿਹੜੀ ਰੈਪ੍ਰਜੈਂਟੇਸ਼ਨ ਹੈਗੀ ਆ, ਜਿਹੜਾ ਬੋਰਡ ਬਣਿਆ ਹੋਇਆ ਮੈਨੇਜਮੈਂਟ ਦਾ, ਉਹ ਇਸ ਕਰਕੇ ਇਹ ਇਸੇ ਤਰ੍ਹਾਂ ਜਿਹੜਾ ਚੰਡੀਗੜ੍ਹ ਦਾ ਇਸ਼ੂ ਹੈ ਇਹਦੇ ਵਿੱਚ ਤੁਸੀਂ ਦੇਖੋ ਕਿ ਕੇਂਦਰ ਨੇ ਅਪਰੂਵ ਕੀਤਾ ਹੋਇਆ ਕਿ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ 10 ਏਕੜ ਜ਼ਮੀਨ ਦਿੱਤੀ ਜਾਵੇ।
ਜਿਹਦੇ ਬਾਰੇ ਕੋਈ ਕਲੈਰੀਫਿਕੇਸ਼ਨ ਨਹੀਂ ਆਏਗੀ ਵੀ ਕੀ ਉਹ ਹੈ, ਸੰਭਵ ਹੈਗੀ ਆ ਚੀਜ਼, ਪਰ ਉਹਨਾਂ ਨੇ ਉਹਨਾਂ ਦੀ ਡਿਮਾਂਡ ਜਿਹੜੀ ਹਰਿਆਣਾ ਗਵਰਨਮੈਂਟ ਦੀ ਸੀਗੀ ਉਹ ਮੰਨ ਲਿੱਤੀ ਹੈਗੀ ਆ। ਇਸੇ ਤਰ੍ਹਾਂ ਜਿਹੜਾ ਭਾਖੜੇ ਜਿਹੜਾ ਅੱਗੇ ਜੇ ਭਾਖੜੇ ਤੋਂ ਜਿਹੜਾ ਗੋਬਿੰਦ ਸਾਗਰ ਡੈਮ ਹੈਗਾ ਜਿੱਥੋਂ ਆਪਾਂ ਨੂੰ ਬਿਜਲੀ ਆਉਂਦੀ ਹੈਗੀ ਆ, ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਦੇ ਥੱਲੇ ਹੈਗਾ, ਉਹਦੇ ਉੱਤੋਂ ਦੀ ਸਿੱਧੀ ਹਿਮਾਚਲ ਪ੍ਰਦੇਸ਼ ਤੋਂ ਜਿਹੜੀ ਨਹਿਰ ਕੱਢਣ ਦੀ ਵਿਉਂਤਬੰਦੀ ਹੈਗੀ ਹਰਿਆਣੇ ਦੀ, ਉਹਦੇ ਬਾਰੇ ਇਹਨਾਂ ਦੇ ਐਲਾਨਨਾਮੇ ਕਿਉਂ ਚੁੱਪ ਨੇ। ਇਸੇ ਤਰ੍ਹਾਂ ਜਿਹੜਾ ਆਪਾਂ ਕਈ ਵਾਰੀ ਆਪਾਂ ਡਿਸਕਸ ਕੀਤਾ ਹੈਗਾ ਸ਼ਾਨਨ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਜਿਹੜਾ ਜੋਗਿੰਦਰ ਨਗਰ ਵਿੱਚ ਹੈਗਾ ਡਿਸਟ੍ਰਿਕਟ ਮੰਡੀ ਵਿੱਚ, ਉਹਦੇ ਬਾਰੇ ਵੀ ਜਿਹਦਾ ਕੇਸ ਹੁਣ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈਗਾ, ਉਸ ਬਾਰੇ ਵੀ ਅਹਿਮ ਮੁੱਦੇ ਬਾਰੇ ਅਕਾਲੀ ਦਲ ਕੁਛ ਵੀ ਸਟੇਟਮੈਂਟ ਦੇ ਨਹੀਂ ਸਕਿਆ ਵੀ ਇਹਨਾਂ ਦਾ ਉਸ ਪ੍ਰਤੀ ਕੀ ਅਪਰੋਚ ਹੈਗੀ ਹੈ। ਇਹ ਦੋਨੋਂ ਮੇਜਰ ਇਸ਼ੂਜ਼ ਹੈਗੇ ਨੇ ਵੀ ਜੇ ਉਹ ਆਪਾਂ ਸਤਲੁਜ ਦੇ ਉੱਤੋਂ ਦੀ ਨਹਿਰ ਕੱਢਦਾ ਹੈਗਾ ਹਰਿਆਣਾ, ਕੀ ਉਹ ਸਾਡੇ ਕਾਨੂੰਨਾਂ ਦੀ ਉਲੰਘਣਾ ਨਹੀਂ ਹੈਗੀ? ਕਿਉਂਕਿ ਉਹ ਪਾਣੀ ਆਪਾਂ ਨੂੰ ਆ ਰਿਹਾ ਨਾ ਸਤਲੁਜ ਦਾ, ਇਹਦਾ ਮਤਲਬ ਉੱਤੋਂ ਦੀ ਉਹ ਪਾਣੀ ਜਿਹੜਾ ਹੈਗਾ ਹਿਮਾਚਲ ਪ੍ਰਦੇਸ਼ ਗਵਰਨਮੈਂਟ ਨਾਲ ਉਹਨਾਂ ਦੀਆਂ ਮੀਟਿੰਗਸ ਵੀ ਹੋ ਚੁੱਕੀਆਂ ਨੇ ਇਸ ਬਾਰੇ, ਉਹ ਪ੍ਰੋਸੈਸ ਉਹਨਾਂ ਨੇ ਜਾਰੀ ਰੱਖਿਆ ਹੋਇਆ ਹੈਗਾ। ਜਦਕਿ ਪੰਜਾਬ ਗਵਰਨਮੈਂਟ ਤੇ ਬਾਕੀ ਜਿਵੇਂ ਸ਼੍ਰੋਮਣੀ ਅਕਾਲੀ ਦਲ ਹੈਗਾ ਜਾਂ ਹੋਰ ਜਿਹੜੀਆਂ ਪੰਜਾਬ ਦੀਆਂ ਕੰਸਰਨਡ ਪਾਰਟੀਜ਼ ਹੈਗੀਆਂ ਨੇ, ਭਾਵੇਂ ਉਹ ਸੈਂਟਰਲ ਨਾਲ ਜੁੜੀਆਂ ਹੋਈਆਂ ਪਾਰਟੀਜ਼ ਨੇ, ਉਹਨਾਂ ਵੱਲੋਂ ਵੀ ਕੋਈ ਇਸ ਬਾਰੇ ਕਦੀ ਕੋਈ ਸਟੇਟਮੈਂਟ ਆਈ ਨਹੀਂ ਵੀ ਉਹਨਾਂ ਦੀ ਕੀ ਅਪਰੋਚ ਹੋਊਗੀ। ਇਹ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੀ ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਵੱਲੋਂ। ਬਿਲਕੁਲ, ਮੇਨ ਇਹ ਹੈ ਕਿ ਜੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿ ਉਹ ਸੱਤਾ ਦੇ ਵਿੱਚ ਨੇ, ਉਹ ਜਦੋਂ ਸੱਤਾ ਦੇ ਵਿੱਚ ਪੰਜਾਬ ਚ ਨਹੀਂ ਸੀ ਉਦੋਂ ਮਤਲਬ ਕਿ ਕਿਵੇਂ ਪੰਜਾਬ ਦੇ ਹੱਕ ਹਕੂਕਾਂ ਦੀ ਗੱਲ ਜਾਂ ਹਰ ਮਸਲੇ ਦੇ ਉੱਤੇ ਭਗਵੰਤ ਮਾਨ ਸਾਹਿਬ ਤਾਂ ਥਾਲੀਆਂ ਵਜਾਉਂਦੇ ਰਹੇ ਨੇ ਕਿ MSP ਦਿਓ, MSP ਕਿਉਂ ਨਹੀਂ ਦਿੰਦੇ, ਇਹ ਸਾਰਾ ਕੁਛ ਸਭ ਦੇ ਸਾਹਮਣੇ ਹੀ ਹੈ, ਸੋਸ਼ਲ ਮੀਡੀਆ ਤੇ ਸਭ ਕੁਛ ਜਿਹੜਾ ਉਹ ਨਸ਼ਰ ਹੁੰਦਾ ਨਜ਼ਰ ਆਉਂਦਾ। ਜਦੋਂ ਅਸੀਂ ਇਹਨਾਂ ਦੀ ਪੁਜੀਸ਼ਨ ਦੀ ਗੱਲ ਕਰਦੇ ਹਾਂ ਸੂਬਿਆਂ ਦੇ ਵੱਧ ਅਧਿਕਾਰਾਂ ਦੀ, ਪੰਜਾਬ ਦੇ ਲੈਵਲ ਦੇ ਉੱਤੇ ਇਹਨਾਂ ਨੇ ਕੋਈ ਉਹੋ ਜਿਹਾ ਮੈਨੀਫੈਸਟੋ ਨਹੀਂ ਕੱਢਿਆ, ਸਿਰਫ ਆ 2-2.5 ਸਾਲ ਦੀ ਕਾਰਗੁਜ਼ਾਰੀ ਦੀਆਂ ਗੱਲਾਂ ਚੱਲ ਰਹੀਆਂ ਨੇ ਜਾਂ ਉਹਦੇ ਵਿੱਚੋਂ 11 ਗਰੰਟੀਆਂ ਜਿਹੜੀਆਂ ਉੱਤੋਂ ਕੇਜਰੀਵਾਲ ਸਾਹਿਬ ਨੇ ਦਿੱਤੀਆਂ ਕਿ ਇੰਡੀਆ ਅਲਾਇੰਸ ਦੇ ਵਿੱਚ ਅਸੀਂ ਇਹ ਲੈ ਕੇ ਜਾਵਾਂਗੇ, ਉੱਥੇ ਇਹ ਗੱਲ ਸਪਸ਼ਟ ਤੌਰ ਤੇ ਨਜ਼ਰ ਨਹੀਂ ਆ ਰਹੀ ਕਿ ਚੰਡੀਗੜ੍ਹ ਬਾਰੇ ਜਾਂ ਪੰਜਾਬ ਦੇ SYL ਦੇ ਮੁੱਦੇ ਬਾਰੇ ਜਾਂ ਕਿਸਾਨੀ ਮਸਲਿਆਂ ਦੇ ਹੱਲ ਬਾਰੇ ਤੁਹਾਡੀ ਪੁਜੀਸ਼ਨ ਕਿਸ ਤਰ੍ਹਾਂ ਦੀ ਤੁਹਾਡੀ ਅਪਰੋਚ ਰਹੇਗੀ। ਤੁਸੀਂ ਉਹੀ ਇੰਡੀਆ ਅਲਾਇੰਸ ਵਾਂਗੂ MSP ਦੀ ਗਰੰਟੀ ਦੇ ਰਹੇ ਹੋ, ਪਰ ਇੱਥੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਮੁਆਵਜ਼ੇ ਦੀ ਗੱਲ ਜਾਂ ਹੋਰ ਬਹੁਤ ਸਾਰੇ ਮਸਲੇ ਜਿਹੜੇ ਉਲਝਦੇ ਨਜ਼ਰ ਆਉਂਦੇ ਨੇ, ਉਹਨਾਂ ਬਾਰੇ ਕੀ ਪੁਜੀਸ਼ਨ ਰੱਖੀ ਜਾਏਗੀ? ਕੋਈ ਪੰਜਾਬ ਦਾ ਏਜੰਡਾ ਇਹਦੇ ਵਿੱਚੋਂ ਨਜ਼ਰ ਨਹੀਂ ਆਇਆ ਕਿ ਤੁਸੀਂ ਜਿਵੇਂ ਹੁਣ ਚੰਡੀਗੜ੍ਹ ਦੀ ਗੱਲ ਹੈ, ਇਹਦੇ ਬਾਰੇ ਕਿਹੋ ਜਿਹੀ ਅਪਰੋਚ ਰੱਖੋਗੇ? ਜੇ ਉੱਥੇ ਤੁਹਾਡੇ ਹੱਥੋਂ ਚੰਡੀਗੜ੍ਹ ਖੁੱਸਦਾ ਹੈ ਤਾਂ ਮੁੱਖ ਮੰਤਰੀ ਦਾ ਜਿਹੜਾ ਉੱਥੇ ਦਫ਼ਤਰ ਹੈ ਜਾਂ ਮੁੱਖ ਮੰਤਰੀ ਦੀ ਰਿਹਾਇਸ਼ ਆ, ਉਹ ਸਾਰਾ ਕੁਛ ਕਿਹੜੇ ਪਾਸੇ ਵੱਲ ਨੂੰ ਤੁਰੇਗਾ? ਇਹ ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈਗੀ ਆ ਨਾ, ਇਹਨਾਂ ਦੀ ਪ੍ਰਮੁੱਖ ਤੌਰ ਤੇ ਜਿਹੜੀ ਮੇਨ ਸਰਕਾਰ ਆ ਉਹ ਤਾਂ ਪੰਜਾਬ ਗਵਰਨਮੈਂਟ ਚ ਹੈਗੀ ਆ, ਜਿਹੜੀ ਪੰਜਾਬ ਨੂੰ ਗਵਰਨ ਕਰ ਰਹੀ ਹੈਗੀ ਆ। ਕੀ ਜਿਹੜੇ ਚੀਫ ਮਿਨਿਸਟਰ ਭਗਵੰਤ ਮਾਨ ਹੈਗੇ ਆ, ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਜਿਹੜੀਆਂ ਉਹ ਗਰੰਟੀਜ਼ ਹੈਗੀਆਂ ਉਹਦੇ ਵਿੱਚ ਪ੍ਰਮੁੱਖ ਗਰੰਟੀ ਹੋਣੀ ਚਾਹੀਦੀ ਸੀ ਕਿ ਜਿਹੜੇ ਪੰਜਾਬ ਦੇ ਨਾਲ ਰਿਲੇਟਡ ਇਸ਼ੂਜ਼ ਹੈਗੇ ਆ ਉਹ ਅਸੀਂ ਹੱਲ ਕਰਵਾਉਣ ਵੱਲ ਕਦਮ ਚੱਕਾਂਗੇ, ਜਾਂ ਅਸੀਂ ਇੰਡੀਆ ਅਲਾਇੰਸ ਤੇ ਪ੍ਰੈਸ਼ਰ ਪਾਵਾਂਗੇ ਕਿ ਜਿਵੇਂ ਚੰਡੀਗੜ੍ਹ ਦਾ ਇਸ਼ੂ ਹੈਗਾ ਜਾਂ ਹੋਰ ਆਪਣੇ ਲਿੰਗਰਿੰਗ ਇਸ਼ੂਜ਼ ਹੈਗੇ ਆ ਜਾਂ ਸਿੱਖਾਂ ਦੇ ਕੌਮ ਦੇ ਇਸ਼ੂਜ਼ ਹੈਗੇ ਨੇ ਕਿ ਉਹਨਾਂ ਪ੍ਰਤੀ ਕੀ ਉਹ ਕੀ ਸਟੈਂਸ ਰੱਖਦੇ ਨੇ, ਉਹਨਾਂ ਦਾ ਇਸ ਪ੍ਰਤੀ ਸਟੈਂਡ ਕੀ ਹੈਗਾ ਆਪ ਪਾਰਟੀ ਦਾ। ਹੁਣ ਤਾਂ ਵੈਸੇ ਹੀ ਆਪ ਪਾਰਟੀ ਬਹੁਤ ਬੁਰੀ ਤਰ੍ਹਾਂ ਘਿਰੀ ਹੋਈ ਆ ਡਿਫਰੈਂਟ ਵਿਵਾਦਾਂ ਦੇ ਵਿੱਚ,
ਪਰ ਜਿਹੜੀਆਂ ਉਹਨਾਂ ਨੇ ਗਰੰਟੀਜ਼ ਦਿੱਤੀਆਂ ਹੈਗੀਆਂ ਉਹਦੇ ਵਿੱਚ ਨਾ ਹੀ ਕਾਂਗਰਸ ਵੱਲੋਂ ਜਿਹੜੀਆਂ ਗਰੰਟੀਜ਼ ਦਿੱਤੀਆਂ ਗਈਆਂ ਉਹਦੇ ਵਿੱਚ ਵੀ ਕੋਈ ਪੰਜਾਬ ਦੇ ਇਸ਼ੂਸ ਬਾਰੇ ਕੋਈ ਜ਼ਿਕਰ ਨਹੀਂ ਹੈਗਾ। ਬਿਲਕੁਲ, ਜਿੰਨਾ ਜ਼ੋਰ ਇਹਨਾਂ ਨੇ ਆਪਣੀ ਕੇਂਦਰੀ ਲੀਡਰਸ਼ਿਪ ਨੂੰ ਬਚਾਉਣ ਲਈ ਸੁਪਰੀਮ ਕੋਰਟ ਤੱਕ ਜਾਂ ਜਹਾਜ਼ਾਂ ਨੂੰ ਹੈਲੀਕਾਪਟਰਾਂ ਨੂੰ ਜਿਸ ਤਰੀਕੇ ਨਾਲ ਭਜਾਇਆ, ਜਾਂ ਇੱਧਰ ਪੰਜਾਬ ਵਾਲੇ ਲੈਵਲ ਤੇ ਵੀ ਜੇ ਦੇਖ ਲਈਏ ਕਿ ਜਿੰਨਾ ਇਸ਼ਤਿਹਾਰਬਾਜ਼ੀ ਤੇ ਜ਼ੋਰ ਲਾਇਆ, ਜਾਂ ਚੰਡੀਗੜ੍ਹ ਦੇ ਵਿੱਚ ਜਿੰਨਾ ਮੇਅਰ ਬਣਾਉਣ ਨੂੰ ਲੈ ਕੇ ਜ਼ੋਰ ਲਾਇਆ, ਜੇ ਇੰਨਾ ਕਿਤੇ ਪੰਜਾਬ ਦੇ ਹੱਕ ਹਕੂਕ ਮਤਲਬ ਕਿ ਪੰਜਾਬ ਦੇ ਪੱਖ ਵਿੱਚ ਹੋਣ ਦੇ ਲਈ ਜ਼ੋਰ ਲਾਇਆ ਹੁੰਦਾ ਤੇ ਸ਼ਾਇਦ ਉਹ ਅਸੀਂ ਉਸ ਤਰੀਕੇ ਨਾਲ ਗੱਲ ਕਰਦੇ ਕਿ ਇਹਨਾਂ ਨੇ ਉਹ ਗੱਲ ਕੀਤੀ ਹੈ। ਗਿੱਲ ਸਾਹਿਬ, ਅਗਲੀ ਗੱਲ ਇਹ ਆ ਕਿ ਮਸਲੇ ਬਹੁਤ ਸਾਰੇ ਉਲਝਦੇ ਨੇ, ਉਹ ਭਾਵੇਂ ਕੇਂਦਰੀ ਲੈਵਲ ਤੇ ਲੈ ਲਓ ਜਾਂ ਪੰਜਾਬ ਦੇ ਲੈਵਲ ਦੇ ਉੱਤੇ, ਸਾਰੇ ਕਿਤੇ ਕਿ ਜਿਹੜੇ ਸੂਬੇ ਤੋਂ ਬਾਹਰੀ ਹੁੰਦੇ ਨੇ, ਹਾਲਾਂਕਿ ਉਹ ਜਿਵੇਂ ਮੈਂ ਪ੍ਰਵਾਸੀਆਂ ਦੀਆਂ ਵੀਡੀਓਜ਼ ਕਈ ਵਾਰੀ ਚੱਲਦੀਆਂ, ਉਹਨਾਂ ਨੂੰ ਲੋਕ ਸਵਾਲ ਪੁੱਛਦੇ ਨੇ, ਉਹ ਕਹਿੰਦੇ ਅਸੀਂ ਪ੍ਰਵਾਸੀ ਕਿੱਥੇ ਆ, ਅਸੀਂ ਤੇ ਆਪਣੇ ਮੁਲਕ ਦੇ ਵਿੱਚ ਆ, ਠੀਕ ਹੈ ਇੱਧਰ ਉੱਧਰ ਮੂਵ ਹੋ ਰਹੇ ਹਾਂ, ਕੋਈ ਦਿੱਲੀ ਚਲਾ ਗਿਆ, ਕੋਈ ਰਾਜਸਥਾਨ, ਕੋਈ ਕਿਤੇ, ਉਹ ਕਹਿੰਦੇ ਪ੍ਰਵਾਸੀ ਤੇ ਤੁਸੀਂ ਉਹ NRI ਹੋ ਗਏ, ਜਿਹੜੇ ਪੰਜਾਬੀ ਚਲੇ ਗਏ ਇੱਥੋਂ ਬਾਹਰ ਜਾਂ ਗੁਜਰਾਤੀ ਚਲੇ ਗਏ, ਉਹ ਪ੍ਰਵਾਸੀ ਹੋ ਗਏ, ਉਹ ਦੂਜੇ ਮੁਲਕਾਂ ਚਲੇ ਗਏ, ਅਸੀਂ ਤੇ ਆਪਣੇ ਮੁਲਕ 'ਚ ਹੀ ਰੋਜ਼ੀ ਰੋਟੀ ਦੀ ਖਾਤਰ ਇੱਧਰ ਉੱਧਰ ਜਾਂਦੇ ਹਾਂ। ਹੁਣ ਆ ਪਿਛਲੇ ਕਈ ਦਿਨਾਂ ਤੋਂ ਜ਼ਮੀਨ ਦਾ ਰੌਲਾ ਵੀ ਪੈਂਦਾ ਕਿ ਪੰਜਾਬ ਦੇ ਵਿੱਚ ਜ਼ਮੀਨ ਜਿਹੜੀ ਹੈ, ਜ਼ਮੀਨ ਖਰੀਦਣ ਦੇ ਅਧਿਕਾਰ ਜਾਂ ਵੋਟ ਦੇ ਅਧਿਕਾਰ ਜਾਂ ਉਹਨਾਂ ਦੇ ਹੋਰ ਮਸਲੇ ਇਹੋ ਜਿਹੜੇ ਉਲਝਦੇ ਨਜ਼ਰ ਆਉਂਦੇ ਨੇ। ਕਈ ਵਾਰੀ ਲੋਕ ਇਹ ਵੀ ਕਹਿੰਦੇ ਨੇ ਕਿ ਜੀ ਕ੍ਰਾਈਮ ਦੇ ਲੈਵਲ ਤੋਂ ਜਿਹੜੇ ਪ੍ਰਵਾਸੀ ਨੇ ਉਸ ਕਿਸਮ ਦੇ ਨਾਲ ਇਹਨਾਂ ਦੀ ਹਿੱਸੇਦਾਰੀ ਵੱਧ ਹੁੰਦੀ ਹੈ। ਹੁਣ ਅਸੀਂ ਇਸ ਮਸਲੇ ਨੂੰ ਕਿਵੇਂ ਸਮਝੀਏ? ਕੀ ਇਹ ਜਾਣ ਬੁੱਝ ਕੇ ਪੰਜਾਬ ਦੇ ਵਿੱਚ ਉਲਝਾਇਆ ਜਾ ਰਿਹਾ ਇਹਨੂੰ? ਉਧਰੋਂ ਕਈ ਵਾਰੀ ਮਹਾਰਾਸ਼ਟਰ ਤੋਂ ਉਦੋਂ ਆਉਂਦਾ ਸੀ ਜਦੋਂ ਰਾਜ ਬਾਲਾ ਸਾਹਿਬ ਠਾਕਰੇ ਹੁੰਦੇ ਸੀ, ਉਦੋਂ ਵੀ ਇਹ ਅੱਜ ਵੀ ਉਹੀ ਗੱਲ ਉੱਥੇ ਰਾਜ ਠਾਕਰੇ ਉਸ ਤਰੀਕੇ ਨਾਲ ਉਭਾਰਦੇ ਨੇ ਕਿ ਜਿਹੜੇ ਮਹਾਰਾਸ਼ਟਰ ਦੇ ਵਿੱਚ ਨੇ ਉਹਨਾਂ ਦੇ ਅਧਿਕਾਰ, ਜਾਂ ਹਰਿਆਣੇ ਦੇ ਵਿੱਚ ਵੀ ਗੱਲ ਆ ਜਾਂਦੀ ਹੈ ਕਿ ਨੌਕਰੀਆਂ ਦੇ ਵਿੱਚ ਜਿਹੜੇ ਉਹਨਾਂ ਦੇ ਹਰਿਆਣੇ ਦੇ ਜੰਮਪਲ ਨੇ ਜਾਂ ਉੱਥੋਂ ਦੇ ਪੜ੍ਹੇ ਲਿਖੇ ਨੇ, ਉਹਨਾਂ ਦੇ ਅਧਿਕਾਰ ਜਿਹੜੇ ਉਹ ਲਗਾਤਾਰ ਖੁੱਸਦੇ ਜਾਂਦੇ ਨੇ। ਨਹੀਂ, ਇਹ ਬਿਲਕੁਲ ਜਿਹੜਾ ਹੈਗਾ, ਜਿਹੜਾ ਇਸ਼ੂ ਉਠਾਇਆ ਹੈਗਾ ਨਾ ਪ੍ਰਵਾਸ ਬਾਰੇ, ਪ੍ਰਵਾਸੀਆਂ ਬਾਰੇ, ਮੇਰਾ ਖਿਆਲ ਇਹ ਮਤਲਬ ਕਿ ਠੀਕ ਸਟੇਟਮੈਂਟ ਨਹੀਂ ਦਿੱਤੀ ਗਈ ਸਤਪਾਲ ਖਹਿਰੇ ਨੇ, ਕਿਉਂਕਿ ਜਿਹੜਾ ਇੱਥੇ ਆਪਣੀ ਫਾਰਮਿੰਗ ਦਾ ਬਹੁਤ ਵੱਡਾ ਸੈਕਟਰ, ਇੰਡਸਟਰੀਅਲ ਸੈਕਟਰ ਦੇ ਵਿੱਚ, ਇੱਥੇ ਸਾਰਿਆਂ ਦੇ ਵਿੱਚ ਜਿਹੜੇ ਬਾਹਰੋਂ ਆਉਂਦੇ ਨੇ ਬੰਦੇ, ਚਾਹੇ ਉਹ UP ਤੋਂ ਆ ਰਿਹਾ, ਚਾਹੇ ਬਿਹਾਰ ਤੋਂ ਆ ਰਿਹਾ, ਚਾਹੇ ਕੇਰਲਾ ਤੋਂ ਆ ਰਿਹਾ, ਚਾਹੇ ਹੋਰ ਸਟੇਟਸ ਤੋਂ ਆ ਰਹੇ ਹੈਗੇ ਆ, ਉਹਨਾਂ ਦਾ ਅਹਿਮ ਯੋਗਦਾਨ ਹੈਗਾ ਉਹ ਸਾਰੇ ਸੈਕਟਰ ਦੇ ਵਿੱਚ, ਚਾਹੇ ਫਾਰਮਿੰਗ ਲੈ ਲਓ, ਚਾਹੇ ਇੰਡਸਟਰੀਅਲ ਲੈ ਲਓ ਤੁਸੀਂ ਫੈਕਟਰੀਜ਼ ਦੇ ਵਿੱਚ, ਕਿਉਂਕਿ ਉੱਥੇ ਉਹਨਾਂ ਦੀ ਬਹੁਤ ਵੱਡੀ ਗਿਣਤੀ ਵਿੱਚ ਸਹੂਲੀਅਤ ਹੈਗੀ ਆ। ਆਪਾਂ ਵੀ ਦੇਖਦੇ ਹਾਂ ਆਪਣੀ ਫਾਰਮਿੰਗ ਜਿਹੜੀ ਹੈਗੀ ਆ ਬਹੁਤ ਹੱਦ ਤੱਕ ਨਿਰਭਰ ਕਰਦੀ ਹੈਗੀ ਆ ਪ੍ਰਵਾਸੀ ਜਿਹੜੇ ਆਉਂਦੇ ਨੇ ਦੂਸਰੀਆਂ ਸਟੇਟਸ ਤੋਂ, ਜਿਹੜੇ ਪਰਸਨਸ ਆਉਂਦੇ ਨੇ, ਕਿਉਂਕਿ ਪ੍ਰਵਾਸ ਜਿਹੜੀ ਹੈਗੀ ਅੱਜ ਦੀ ਨਹੀਂ ਹੈਗਾ ਇਸ਼ੂ, ਇਹ ਪੁਰਾਣਾ, ਸਦੀਆਂ ਪੁਰਾਣਾ ਇਸ਼ੂ ਹੈਗਾ ਕਿ ਲੋਕੀ ਇੱਕ ਦੂਜੇ ਖਿੱਤਿਆਂ ਵਿੱਚ ਮੂਵ ਕਰਦੇ ਰਹਿੰਦੇ ਆ, ਜਿਸ ਤਰ੍ਹਾਂ ਕਿ ਆਪਣੇ ਬੰਦੇ ਬਹੁਤ ਵੱਡੀ ਗਿਣਤੀ ਵਿੱਚ ਵੈਸਟਰਨ ਵਰਲਡ ਨੂੰ ਇਮੀਗ੍ਰੇਟ ਕਰ ਚੁੱਕੇ ਨੇ। ਸੋ ਇਸ ਕਰਕੇ ਇਸ ਇਸ਼ੂ ਨੂੰ ਜਿਹੜਾ ਹੈਗਾ ਇਹ ਵੱਡਾ ਇਸ਼ੂ ਹੈਗਾ, ਇਹ ਇਸ ਤਰ੍ਹਾਂ ਹੀ ਤੁਸੀਂ ਕੋਈ ਇੱਕ ਸਟੇਟਮੈਂਟ ਦੇ ਕੇ ਇਹ ਇਸ਼ੂ ਨੂੰ ਕੋਈ ਨਾ ਤਾਂ ਹੱਲ ਕਰ ਸਕਦੇ, ਨਾ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਕੋਈ ਜਾਰੀ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਉਹਨਾਂ ਕੋਲੇ ਵੀ ਬਰਾਬਰ ਦੇ ਹੱਕ ਨੇ। ਹਾਂ, ਜਦੋਂ ਨੌਕਰੀਆਂ ਵਗੈਰਾ ਦਿੰਦੇ ਹੈਗੇ ਆ ਉਹਦੇ ਵਿੱਚ ਡੋਮਿਸਾਈਲ ਦਾ ਇੱਕ ਚਾਹੀਦਾ ਹੈਗਾ ਇਸ਼ੂ, ਜਿਹੜਾ ਬਹੁਤ ਇੰਪੋਰਟੈਂਟ ਇਸ਼ੂ ਹੋਣਾ ਚਾਹੀਦਾ, ਜਿਸ ਤਰ੍ਹਾਂ ਕਿ ਹਿਮਾਚਲ ਪ੍ਰਦੇਸ਼ ਚ ਹੈਗਾ ਕਿ ਉਹ ਜਿਹੜੇ ਹੈਗੇ ਨੌਨ ਹਿਮਾਚਲੀ ਨੂੰ ਇੰਟਰ ਉੱਥੇ ਦਿੰਦੇ ਨੇਗੇ ਨੌਕਰੀਜ਼ ਵਗੈਰਾ, ਇਸੇ ਤਰ੍ਹਾਂ ਹੋਰ ਸੂਬਿਆਂ ਵਿੱਚ ਵੀ ਹੈਗਾ। ਪਰ ਆਪਾਂ ਹੁਣ ਪਿਛਲੇ ਸਮੇਂ ਚ ਦੇਖਿਆ ਜਦੋਂ ਦੀ ਖਾਸ ਕਰਕੇ ਆਪ ਗਵਰਨਮੈਂਟ ਆਈ ਹੈਗੀ ਆ ਕਿ ਦੂਸਰੇ ਸੂਬਿਆਂ ਦੇ ਬਹੁਤ ਬੰਦਿਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ।
ਉਹ ਕਿਸ ਪ੍ਰੋਵੀਜ਼ਨ ਥੱਲੇ ਦਿੱਤੀਆਂ ਗਈਆਂ ਨੇ ਜਾਂ ਨਹੀਂ ਦਿੱਤੀਆਂ ਗਈਆਂ, ਇਹ ਕੋਈ ਪੋਜੀਸ਼ਨ ਗਵਰਨਮੈਂਟ ਨੇ ਕਦੀ ਕਲੀਅਰ ਨਹੀਂ ਕੀਤੀ ਵੀ ਉਹਨਾਂ ਨੇ ਦਿੱਤੀਆਂ ਹੋਈਆਂ। ਅਖਬਾਰੀ ਖਬਰਾਂ ਜ਼ਰੂਰ ਇਹ ਦੱਸਦੀਆਂ ਨੇ ਕਿ ਜਿਹੜੀਆਂ ਇਹਨਾਂ ਨੇ 43,000 ਜਾਂ ਪਲੱਸ ਜਿੰਨਾ ਇਹ ਦਾਅਵਾ ਕਰਦੇ ਨੇ ਨੌਕਰੀਆਂ ਦਾ, ਉਹਦੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਦੇ ਬਾਹਰਲੇ ਕੈਂਡੀਡੇਟ ਚੁਣੇ ਗਏ ਨੇ। ਈਵਨ ਚੰਡੀਗੜ੍ਹ ਬਾਰੇ ਮੈਂ ਤੁਹਾਨੂੰ ਇੰਟਰਸਟਿੰਗ ਸਟੋਰੀ ਦੱਸਦਾ। ਕਈ ਸਾਲ ਪਹਿਲੇ ਦੀ ਗੱਲ ਆ, ਇੱਕ ਚੰਡੀਗੜ੍ਹ ਦਾ ਜਿਹੜਾ ਰੈਜੀਡੈਂਟ ਸੀਗਾ ਉਹਨੇ ਦਾਖਲਾ ਲੈਣਾ ਸੀ ਮੈਡੀਕਲ ਕਾਲਜ ਪੰਜਾਬ ਦੇ ਵਿੱਚ, ਉਹ ਟੈਸਟ ਕਲੀਅਰ ਕਰ ਗਿਆ ਸੀਗਾ, ਪਰ ਜਦੋਂ ਡੋਮੀਸਾਈਲ ਦਾ ਚੱਕਰ ਪਿਆ ਤਾਂ ਉੱਥੋਂ ਦੀ ਗਵਰਨਮੈਂਟ ਜਿਹੜੇ ਮੈਡੀਕਲ ਕਾਲਜ ਸੀ ਉਹਨਾਂ ਨੇ ਦਾਖਲਾ ਦੇਣ ਤੋਂ ਮਨਾ ਕਰਤਾ ਸੀ ਉਹਨੂੰ ਵੀ ਇਹਦੇ ਕੋਲ ਪੰਜਾਬ ਦਾ ਡੋਮੀਸਾਈਲ ਹੈ ਨਹੀਂ ਗਾ, ਜਦਕਿ ਉਹਦੇ ਕੋਲ ਚੰਡੀਗੜ੍ਹ ਦਾ ਡੋਮੀਸਾਈਲ ਸੀਗਾ। ਤੇ ਉਹਨੇ ਫਿਰ ਹਾਈ ਕੋਰਟ ਮੂਵ ਕੀਤੀ ਸੀ ਤੇ ਫਿਰ ਹਾਈ ਕੋਰਟ ਨੇ ਡਿਸੀਜ਼ਨ ਦਿੱਤਾ ਸੀਗਾ ਕਿ ਜਿਹੜਾ ਚੰਡੀਗੜ੍ਹ ਦਾ ਵਸਨੀਕ ਹੈਗਾ ਉਹ ਪੰਜਾਬ ਦਾ ਰੈਜੀਡੈਂਟ ਹੈਗਾ, ਉਹਨੂੰ ਕੋਈ ਸੈਪਰੇਟ ਡੋਮੀਸਾਈਲ ਦੀ ਲੋੜ ਨਹੀਂ ਹੈਗੀ। ਉਹ ਇੱਕ ਤਰ੍ਹਾਂ ਨਾਲ ਆਪਾਂ ਨੂੰ ਲੀਗਲੀ ਸਟੈਟਸ ਮਿਲਿਆ ਸੀ ਕਿ ਚੰਡੀਗੜ੍ਹ ਜਿਹੜਾ ਹੈਗਾ ਉਹ ਪੰਜਾਬ ਦਾ ਹਿੱਸਾ ਹੈਗਾ, ਪਰ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਉਹ ਇਸ਼ੂ ਨੂੰ ਗੌਰ ਨਹੀਂ ਕੀਤੀ ਅੱਜ ਤੱਕ। ਇਹ ਰਿਟਨ ਕੋਰਟ ਦਾ ਅਪੀਨੀਅਨ ਹੈਗਾ ਇਸ ਬਾਰੇ। ਅਸਲ ਮੁੱਦਿਆਂ ਤੋਂ ਧਿਆਨ ਭਟਕਾ ਕੇ ਏਦਾਂ ਕਹਿ ਲਈਏ ਕਿ ਲੋਕਾਂ ਨੂੰ ਜਿਹੜਾ ਉਹ ਉਲਝਾਇਆ ਜਾ ਰਿਹਾ, ਜੋ ਮੁੱਦਿਆਂ ਦੀ ਗੱਲ ਹੁੰਦੀ ਹੈ ਜਿਵੇਂ ਅਸੀਂ ਚੰਡੀਗੜ੍ਹ ਦੀ ਗੱਲ ਕਰ ਰਹੇ ਹਾਂ ਜਾਂ ਹੋਰ ਜਾਣ ਬੁੱਝ ਕੇ ਜਾਂ ਪ੍ਰਵਾਸੀਆਂ ਦਾ ਮੁੱਦਾ ਵਿੱਚ ਲਿਆ ਕੇ ਰੱਖ ਦਿੱਤਾ ਜਾਂਦਾ ਜਾਂ ਹੋਰ ਤਰੀਕੇ ਦੇ ਨਾਲ, ਜਿਵੇਂ ਕਹਿ ਦਿੱਤਾ ਯੋਗੀ ਆਦਿੱਤਿਆ ਨਾਥ ਹੋਰੀ ਕਹਿ ਦਿੰਦੇ ਨੇ ਕਿ ਜੀ ਲੋਕਾਂ ਦੀ ਜਿਹੜੀ ਜਾਇਦਾਦ ਹੈ ਉਹ ਮੁਸਲਮਾਨਾਂ ਨੂੰ ਵੰਡ ਦਿੱਤੀ ਜਾਏਗੀ। ਗਿੱਲ ਸਾਹਿਬ, ਇਹ ਬੜੀ ਹੈਰਾਨਗੀ ਦੀ ਗੱਲ ਹੈ, ਨਾਲੇ ਤੇ ਮੋਦੀ ਸਾਹਿਬ ਆਪਾਂ ਜਿਵੇਂ ਗੇੜ ਦੀ ਇਲੈਕਸ਼ਨ ਲੰਘ ਗਈ, ਨਾਲੇ ਤੇ ਉਹ ਲਗਾਤਾਰ ਇਸ ਗੱਲ ਨੂੰ ਲੈ ਕੇ ਹੁਣ ਪਿਛਲੇ 2-3 ਗੇੜ ਤੋਂ ਉਭਾਰ ਰਹੇ ਨੇ ਕਿ ਜੀ ਮੈਂ ਤਾਂ ਘੱਟ ਗਿਣਤੀਆਂ ਨੂੰ ਲੈ ਕੇ ਕਦੇ ਕੁਛ ਮਾੜਾ ਬੋਲਿਆ ਹੀ ਨਹੀਂ, ਨਾਲੇ ਉਹਨਾਂ ਦੇ ਬਿਆਨ ਜਿਹੜੇ ਨੇ ਉਹ ਵਾਇਰਲ ਹੋ ਰਹੇ ਨੇ, ਉਹ ਵੀ ਨਾਲੋਂ ਨਾਲ ਚੱਲਦੇ ਨੇ ਕਿ ਆਹ ਦੇਖ ਲਓ ਇੱਕ ਪਾਸੇ ਕੀ ਬੋਲ ਰਹੇ ਨੇ, ਦੂਜੇ ਪਾਸੇ ਮੀਡੀਆ ਦੇ ਵਿੱਚ ਆ ਕੇ ਤੁਸੀਂ ਕੀ ਬਿਆਨਬਾਜ਼ੀ ਅੱਗੇ ਰੱਖਣਾ ਚਾਹੁੰਦੇ ਹੋ। ਯੋਗੀ ਆਦਿੱਤਿਆ ਨਾਥ ਕਹਿ ਲਗਾਤਾਰ ਘੱਟ ਗਿਣਤੀਆਂ ਤੇ ਨਿਸ਼ਾਨਾ ਆ, ਮੁਸਲਮਾਨਾਂ ਨੂੰ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਜੀ ਇਹ ਲੋਕਾਂ ਦੀ ਜਾਇਦਾਦ ਜਿਹੜੀ ਆ ਕਾਂਗਰਸ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਹੈ। ਹੁਣ ਇਸ ਮਤਲਬ ਕਿ ਦੋਹਰੀ ਸਿਆਸਤ ਜਿਹੜੀ ਹੈ ਉਹਦੇ ਕੀ ਮਾਇਨੇ ਸਮਝੇ ਜਾਣ ਕਿ ਇਹੀ ਯੋਗੀ ਆਦਿੱਤਿਆ ਨਾਥ ਪੰਜਾਬ ਵਿੱਚ ਵੀ ਆਉਣਗੇ ਅਗਲੇ ਦਿਨਾਂ ਚ, ਪ੍ਰਧਾਨ ਮੰਤਰੀ ਸਾਹਿਬ ਵੀ ਆ ਰਹੇ ਨੇ ਇੱਕ ਦੋ ਦਿਨਾਂ ਚ, ਇੱਥੇ ਪਟਿਆਲੇ ਚ ਵੀ ਉਹਨਾਂ ਨੇ ਪ੍ਰਚਾਰ ਕਰਨਾ ਆ, ਤੇ ਫਿਰ ਹੁਣ ਲੋਕ ਕੀ ਮਤਲਬ ਕਿ ਇਹਨਾਂ ਦੀ ਇਹ ਸਿਆਸਤ ਨੂੰ ਕਿਹੜੇ ਪਾਸੇ ਵੱਲ ਨੂੰ ਸਮਝਣ ਜਿੱਥੇ ਇਹ ਕਹਿੰਦੇ ਨੇ ਕਿ ਅਸੀਂ 2047 ਤੱਕ ਰਾਜ ਕਰਨਾ। ਇਹ ਜਿਹੜੇ ਹੈਗੇ ਆ ਨਾ, ਈਵਨ ਕਿ ਜਿਹੜੇ ਇਹਨਾਂ ਦੀਆਂ ਲਗਾਤਾਰ ਜਿਹੜੇ ਇਹਨਾਂ ਦੇ ਪ੍ਰੋਮੀਨੈਂਟ ਲੀਡਰਸ ਹੈਗੇ ਨੇ ਇੰਕਲੂਡਿੰਗ ਯੂਪੀ ਦੇ ਜਿਹੜੇ ਚੀਫ ਮਿਨਿਸਟਰ ਨੇ ਯੋਗੀ, ਇਹਨਾਂ ਦੀਆਂ ਮਤਲਬ ਕਿ ਲੰਮੇ ਚਿਰ ਤੋਂ ਪੋਲਰਾਈਜੇਸ਼ਨ ਨੂੰ ਮੁੱਖ ਰੱਖ ਕੇ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਲੋਕਾਂ ਨੂੰ ਮਿਸਲੀਡ ਕੀਤਾ ਜਾਵੇ, ਕਿਉਂਕਿ ਇਹ ਡਾਇਰੈਕਟਡ ਤਾਂ ਕਾਂਗਰਸ ਦੇ ਜਿਹੜੀ ਗਰੰਟੀ ਸਾਲਾ ਹੈਗਾ ਉਹਨੂੰ ਇਹ ਦੂਸਰੀ ਤਰ੍ਹਾਂ ਇੰਟਰਪ੍ਰੈਟ ਕਰਨਾ ਚਾਹੁੰਦੇ ਨੇ ਕਿ ਉਹਦੇ ਵਿੱਚ ਜਿਹੜੇ ਇਹ ਇਸ਼ੂਜ਼ ਹੈਗੇ ਨੇ ਕਿ ਜਿਵੇਂ ਇਨਹੈਰੀਟੈਂਸ ਲਾਅ ਬਾਰੇ ਕੋਈ ਗੱਲ ਉਠਾਈ ਸੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਕਿ ਜਿਹੜੀਆਂ ਤੁਹਾਡੀਆਂ ਜਾਇਦਾਦਾਂ ਨੇ, ਤੁਹਾਡੇ ਮੰਗਲ ਸੂਤਰ ਨੇ, ਤੁਹਾਡੀਆਂ ਈਵਨ ਮੱਝਾਂ ਤੱਕ ਨੇ ਜਿਹੜੀਆਂ ਉਹ ਵੀ ਵੰਡ ਦਿੱਤੀਆਂ ਜਾਣਗੀਆਂ, ਖਾਸ ਕਰਕੇ ਉਸ ਕਮਿਊਨਿਟੀ ਨੂੰ ਜਿਹੜੇ ਬੱਚੇ ਜ਼ਿਆਦਾ ਪੈਦਾ ਕਰਦੇ ਉਹ ਡਾਇਰੈਕਟਲੀ ਸੀਗਾ ਪੁਆਇੰਟਡ ਟੂਵਰਡਸ ਦਾ ਮੁਸਲਿਮਸ, ਮਤਲਬ ਕਿ ਇਹ ਉਹਨਾਂ ਦੀ ਮਨੋਰਟੀਸ ਪ੍ਰਤੀ ਸੋਚ ਦਰਸਾਉਂਦੀ ਆ। ਭਾਵੇਂ ਪ੍ਰਾਈਮ ਮਿਨਿਸਟਰ ਨੇ ਸਟੇਟਮੈਂਟ ਦਿੱਤੀ ਹੈਗੀ ਕਿ ਮੈਂ ਮਨੋਰਟੀਜ਼ ਦੇ ਅਗੇਂਸਟ ਨਹੀਂ ਆ, ਪਰ ਮੈਂ ਕਿਸੇ ਨੂੰ ਵੀ ਕੋਈ ਸਪੈਸ਼ਲ ਸਟੈਟਸ ਦੇਣ ਦੇ ਅਗੇਂਸਟ ਹੈਗਾ। ਉਹ ਹੁਣ ਇਹਦੇ ਤੋਂ ਇਹਦਾ ਕੀ ਉਹ ਮਾਇਨਾ ਰੱਖਦੇ ਨੇ ਉਹਦੇ ਵਿੱਚ ਕੋਈ ਕਲੈਰੀਫਿਕੇਸ਼ਨ ਨਹੀਂ ਹੈਗੀ ਵੀ ਵਟ ਡਜ਼ ਹੀ ਮੀਨ ਕਿ ਸਪੈਸ਼ਲ ਸਟੈਟਸ ਕਿਹਨੂੰ ਦਿੱਤਾ ਹੋਇਆ ਹੈਗਾ ਭਾਰਤ ਦੇ ਅੰਦਰ।
ਬਿਲਕੁਲ, ਨਾਲੇ ਇਹ ਵੀ ਹੈ ਨਾ ਕਿ ਇੱਥੇ ਆ ਕੇ ਜਿਹੜੀ ਕਿਸਾਨਾਂ ਪ੍ਰਤੀ ਅਪਰੋਚ ਹੈ ਜਾਂ ਸਿੱਖ ਮਸਲਿਆਂ ਪ੍ਰਤੀ, ਪੰਥਕ ਮਸਲਿਆਂ ਪ੍ਰਤੀ ਅਪਰੋਚ ਹੈ, ਉਹਨੂੰ ਲੈ ਕੇ ਵੀ ਸਵਾਲ ਲਗਾਤਾਰ ਇਹਨਾਂ ਤੇ ਉੱਠਦੇ ਨੇ ਕਿ ਭਾਵੇਂ ਕਿ ਦਿੱਲੀ ਦੇ ਵਿੱਚ ਤੁਸੀਂ ਕੀ ਕੀਤਾ ਜਾਂ ਹਰਿਆਣੇ 'ਚ ਕੀ ਕੀਤਾ। ਸੁਖਬੀਰ ਬਾਦਲ ਹੋਣੀ ਤੇ ਆਪ ਲਗਾਤਾਰ ਸਟੇਜਾਂ ਤੇ ਮੰਨਦੇ ਨੇ ਕਿ ਕਿਵੇਂ ਬੀਜੇਪੀ ਇੰਟਰਫੇਅਰ ਕਰ ਰਹੀ ਹੈ ਜਾਂ ਅੱਗੇ ਕਰੇਗੀ ਜਾਂ RSS ਦੇ ਥਰੂ ਕਿਵੇਂ ਸਾਰਾ ਕੁਛ ਹਥਿਆਉਣ ਵਾਲੇ ਪਾਸੇ ਤੁਰੇ ਹੋਏ ਨੇ। ਹਾਂ ਬਿਲਕੁਲ, ਮਤਲਬ ਕਿ ਇਹ ਸਟੇਟਮੈਂਟਾਂ ਜਿਹੜੀਆਂ ਨਾ, ਇਹਨਾਂ ਦੀ ਕਲੈਰੀਫਿਕੇਸ਼ਨ ਨਹੀਂ ਹੈਗੀ, ਉਹਨੂੰ ਕੋਈ ਡਿਟੇਲਡ ਇੰਟਰਪ੍ਰੈਟ ਨਹੀਂ ਕਰਦੇ ਇਹ ਕਿ ਉਹ ਕਿਹਦੇ ਕਿਸ ਤਰ੍ਹਾਂ ਜਿਹੜੀ ਹੁਣ ਇਹਨਾਂ ਦੀ ਇੰਨਾ ਲੰਮਾ ਚਿਰ ਭਾਰਤੀ ਜਨਤਾ ਪਾਰਟੀ ਨਾਲ ਅਲਾਇੰਸ ਰਿਹਾ ਹੈਗਾ ਤੇ ਕੀ ਉਦੋਂ ਉਹ ਇੰਟਰਫੇਅਰ ਨਹੀਂ ਸੀ ਕਰ ਰਹੇ ਜਿਸ ਤਰ੍ਹਾਂ ਇਹ ਦਾਅਵਾ ਕਰ ਰਹੇ ਨੇ। ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਟੋਟਲੀ ਜਿਹੜੀਆਂ ਨੇ ਮਿਸਲੀਡਿੰਗ ਸਟੇਟਮੈਂਟਸ ਹੈਗੀਆਂ ਨੇ ਕਿ ਹੁਣ ਇਹਨਾਂ ਨੂੰ ਪਤਾ ਲੱਗਣ ਲੱਗ ਗਿਆ ਕਿ ਭਾਰਤੀ ਜਨਤਾ ਪਾਰਟੀ ਜਾਂ RSS ਜਿਹੜੀ ਉਹਨਾਂ ਦੀ ਪੇਰੈਂਟ ਬੋਡੀ ਹੈਗੀ ਆ ਉਹ ਇਹਨਾਂ ਦੇ ਸਿੱਖ ਰਿਲੀਜੀਅਸ ਅਫੇਅਰਸ ਵਿੱਚ ਕਰ ਰਹੀ ਹੈਗੀ, ਇੰਟਰਵੀਨ ਕਰ ਰਹੀ ਹੈਗੀ ਆ। ਪਰ ਜਦੋਂ ਪਹਿਲੇ ਉਹਨਾਂ ਨੇ ਹੈਦਰਾਬਾਦ ਮਤਲਬ ਕਿ ਹਜ਼ੂਰ ਸਾਹਿਬ ਵਿੱਚ ਜਦੋਂ ਸਟੈਪ ਚੱਕਿਆ ਸੀਗਾ ਉਹਦੀ ਮੈਨੇਜਮੈਂਟ ਦੇ ਕੰਟਰੋਲ ਵਿੱਚ ਤਬਦੀਲੀਆਂ ਲੈ ਕੇ ਆਉਂਦੀਆਂ ਸੀਗੀਆਂ, ਉਦੋਂ ਇਹਨਾਂ ਦੀ ਕੀ ਉਦੋਂ ਇਹਨਾਂ ਨੇ ਕੀ ਆਪਣਾ ਜ਼ੋਰ ਪਾਇਆ ਆਪਣੇ ਅਲਾਇੰਸ ਪਾਰਟਨਰ ਤੇ, ਹੁਣ ਇਹਨਾਂ ਨੂੰ ਕਿਉਂ ਇਹ ਚੀਜ਼ਾਂ ਲੱਗਣ ਲੱਗ ਗਈਆਂ? ਕਿਉਂਕਿ ਜਿਹੜਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ਼ੂ ਹੈਗਾ ਉਹ ਤਾਂ ਜਦ ਕਾਂਗਰਸ ਪਾਰਟੀ ਉੱਥੇ ਸਟੇਟ ਵਿੱਚ ਰੂਲ ਕਰ ਰਹੀ ਸੀਗੀ ਉਹਨਾਂ ਨੇ ਪਾਸ ਕਰਤਾ ਸੀਗਾ, ਇੰਪਲੀਮੈਂਟ ਜ਼ਰੂਰ ਹੁਣ ਭਾਰਤੀ ਜਨਤਾ ਪਾਰਟੀ ਜਦੋਂ ਰੂਲ ਕਰ ਰਹੀ ਹੈਗੀ ਹਰਿਆਣੇ 'ਚ ਉਦੋਂ ਉਹ ਇੰਟਰਪ੍ਰੈਟ ਹੋਇਆ ਹੈਗਾ ਲਾਅ ਜਿਹੜਾ ਹੈਗਾ ਜਦੋਂ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਹੈ ਉਸ ਬਾਰੇ। ਬਿਲਕੁਲ, ਅੱਛਾ ਅਖੀਰ ਦੇ ਵਿੱਚ ਆਪਾਂ ਲਈਏ ਕਿ ਕੀ ਸਮਝਿਆ ਜਾਵੇ ਕਿ ਪੰਜਵੇਂ ਗੇੜ ਦਾ ਜਿਵੇਂ ਮਤਲਬ ਮੁਕੰਮਲ ਹੋ ਚੁੱਕੀ ਇਲੈਕਸ਼ਨ, ਹੌਲੀ ਹੌਲੀ ਪੰਜਾਬ ਦੀ ਵੀ ਵਾਰੀ ਆ ਰਹੀ ਹੈ ਨੇੜੇ, ਤਾਂ ਇਹਦੇ ਵਿੱਚ ਕੀ ਵਾਕਈ ਬੀਜੇਪੀ, ਕਿਉਂਕਿ ਸਰਵੇ ਜਿਹੜੇ ਨੇ ਇੰਟਰਨਲ ਸਰਵੇ ਵੀ ਹੁੰਦੇ ਨੇ ਜਾਂ ਨੋਰਮਲੀ ਲੋਕ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵੀ ਸਰਵੇ ਚਲਾ ਦਿੰਦੇ ਨੇ, ਉਹਦੇ ਵਿੱਚ ਇਹੀ ਗੱਲਾਂ ਹੁੰਦੀਆਂ ਕਿ ਬੀਜੇਪੀ ਜਿਹੜੀ ਹੈ ਇਸ ਵਾਰ ਨਹੀਂ ਆ ਰਹੀ। ਕਾਂਗਰਸ ਵੀ ਇਹ ਦਾਅਵੇ ਕਰਦੀ ਹੈ, ਆਮ ਆਦਮੀ ਪਾਰਟੀ ਜਿਵੇਂ ਕੇਜਰੀਵਾਲ ਸਾਹਿਬ ਥੋੜੀ ਦੇਰ ਪਹਿਲਾਂ ਲਾਏ ਹੋਏ ਸੀ, ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹ ਹਤਾਸ਼ ਹੋ ਚੁੱਕੇ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ। ਅਮਿਤ ਸ਼ਾਹ ਕਹਿ ਰਹੇ ਨੇ ਕਿ ਇੰਨਾ ਇੱਥੇ ਇਹਨਾਂ ਨੂੰ ਸਮਰਥਨ ਨਹੀਂ ਜਿੰਨਾ ਇਹਨਾਂ ਨੂੰ ਉੱਧਰ ਪਾਕਿਸਤਾਨ ਵਾਲੇ ਪਾਸੇ, ਉਹ ਕਹਿੰਦੇ ਇਸ ਕਰਕੇ ਹਤਾਸ਼ਾ ਦੇ ਵਿੱਚੋਂ ਇਹ ਗੱਲਾਂ ਸਾਹਮਣੇ ਆ ਰਹੀਆਂ, ਪੈਰਾਂ ਹੇਠੋਂ ਜ਼ਮੀਨ ਜਿਹੜੀ ਆ ਉਹ ਬੀਜੇਪੀ ਦੀ ਖਿਸਕ ਚੁੱਕੀ ਹੈ। ਨਹੀਂ ਇਹ ਗੱਲ ਤਾਂ ਠੀਕ ਆ, ਹੁਣ ਇਹ ਜ਼ਿਆਦਾ ਇਸ ਚੀਜ਼ ਬਾਰੇ ਇੰਟਰਪ੍ਰੈਟ ਕਰ ਰਹੇ ਹੈਗੇ ਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨੂੰ ਐਬਸੋਲਿਊਟ ਮੈਜੋਰਟੀ ਨਹੀਂ ਮਿਲੂਗੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਰਿਜ਼ਲਟਸ ਤੋਂ ਬਾਅਦ ਪਤਾ ਲੱਗੂਗਾ। ਪਰ ਜਿਹੜੀਆਂ ਕਿ ਮੈਂ ਹੋਰ ਵੀ ਕਈ ਓਪੀਨੀਅਨਸ ਚੈੱਕ ਕਰ ਰਿਹਾ ਸੀਗਾ ਤੇ ਮੈਂ ਤਾਂ ਆਪਣੇ ਵੱਲੋਂ ਪਹਿਲੇ ਦਾ ਜ਼ਿਕਰ ਕੀਤਾ ਹੋਇਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਹੀ ਆ 400+, ਉਹ ਚੀਜ਼ ਮਤਲਬ ਕਿ ਠੀਕ ਨਹੀਂ ਹੈਗੀ। ਇੰਨੀਆਂ ਸੀਟਾਂ ਉਹਨਾਂ ਨੂੰ ਕਦੀ ਵੀ ਕਿਸੇ ਹਾਲਤ ਵਿੱਚ ਵੀ ਨਹੀਂ ਆ ਸਕਦੀਆਂ। ਜਿਵੇਂ ਤੁਸੀਂ ਕੱਲ੍ਹ ਦੀ ਇਲੈਕਸ਼ਨਸ ਲਾ ਲਓ, ਉੱਥੇ 49 ਸੀਟਾਂ ਦੇ ਵਿੱਚ ਕੱਲ੍ਹ ਪੋਲਿੰਗ ਹੋਈ ਹੈਗੀ ਆ 8 ਸਟੇਟਸ ਦੇ ਵਿੱਚ, ਤੇ ਉਹਦੇ ਵਿੱਚ ਬੜੀ ਲੋ ਟਰਨਆਊਟ ਹੋਈ ਹੈ। ਪਿਛਲੇ 2019 ਨਾਲੋਂ 6-7% ਦੀ ਗਿਰਾਵਟ ਆਈ ਹੈਗੀ ਆ ਵੋਟਿੰਗ ਪਰਸੈਂਟੇਜ ਦੇ ਵਿੱਚ। ਉਹਦਾ ਚੀਜ਼ ਦਾ ਵੀ ਉਹ ਕਿਹਨੂੰ ਫਾਇਦਾ ਕਰਦੀ ਹੈਗੀ ਨਹੀਂ ਕਰਦੀ, ਇਹ ਆਉਣ ਵਾਲੇ ਸਮਾਂ ਇੰਟਰਪ੍ਰੈਟ ਕਰੂਗਾ। ਪਰ ਜਿਸ ਤਰ੍ਹਾਂ ਦੇ ਸਾਰੇ ਸੰਕੇਤ ਆ ਰਹੇ ਆ ਤੇ ਜਿਸ ਤਰ੍ਹਾਂ ਦਾ ਡਿਸਕੋਰਸ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੱਲੋਂ ਆਪਣੀ ਸਪੀਚਿਸ ਵਿੱਚ ਲਿਆ ਜਾ ਰਿਹਾ ਹੈਗਾ, ਉਹਦੇ ਵਿੱਚ ਉਹਨਾਂ ਦੀ ਜਿਹੜੀ ਹਤਾਸ਼ਾ ਹੈਗੀ ਆ ਉਹਦਾ ਜ਼ਰੂਰ ਮਤਲਬ ਕਿ ਉਹ ਜ਼ਾਹਰ ਹੋ ਰਹੀ ਹੈਗੀ। ਉਹਨਾਂ ਦੀ ਬੋਡੀ ਲੈਂਗੁਏਜ, ਉਹਨਾਂ ਦਾ ਵੇ ਆਫ ਸਪੀਚਿਸ ਦਾ ਕਰ ਦੇਣਾ, ਉਹਦੇ ਵਿੱਚ ਜ਼ਰੂਰ ਬਹੁਤ ਵੱਡਾ ਫਰਕ ਆਇਆ ਹੈਗਾ। ਜਿਸ ਤਰ੍ਹਾਂ ਕਿ ਉਹਨਾਂ ਨੇ ਇਲੈਕਸ਼ਨੀਅਰਿੰਗ ਸਟਾਰਟ ਕੀਤੀ ਸੀ ਬੜੇ ਅਗਰੈਸਿਵ ਪੋਸਚਰ ਦੇ ਵਿੱਚ,
ਹੁਣ ਉਨਾ ਹੀ ਉਹਨਾਂ ਦਾ ਪੋਸਚਰ ਦੇ ਵਿੱਚ ਕੰਪਲੀਟ ਯੂ ਟਰਨ ਆਇਆ ਹੈਗਾ। ਦੇਖੋ ਹੁਣ ਲੋਕ ਕਿਸ ਤਰੀਕੇ ਦਾ ਹੁੰਗਾਰਾ ਦਿੰਦੇ ਨੇ। 1 ਜੂਨ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਹੈ, ਉਧਰੋਂ ਜਿਹੜਾ June 84 ਘੱਲੂਘਾਰਾ ਉਹਦੇ ਦਿਨ ਵੀ ਸ਼ੁਰੂ ਹੋ ਜਾਣਗੇ। ਉਹਨਾਂ ਦਿਨਾਂ ਦੌਰਾਨ ਉਹ ਵੀ ਕਾਫੀ ਅਹਿਮ ਹੋਵੇਗਾ ਕਿ ਲੋਕ ਕੀ ਸੋਚ ਕੇ ਵੋਟ ਪਾਉਂਦੇ ਨੇ ਜਾਂ ਪੰਜਾਬ ਉਹ ਕਿਵੇਂ ਰਿਐਕਟ ਕਰਦਾ। ਨਾਲੇ ਤਾਂ ਕਿਸਾਨ ਸੜਕਾਂ ਦੇ ਉੱਤੇ ਨੇ, ਮੁਲਾਜ਼ਮ ਸੜਕਾਂ ਦੇ ਉੱਤੇ ਨੇ, ਹਰ ਵਰਗ ਜਿਹੜਾ ਆ ਉਹ ਹਤਾਸ਼ ਹੈ। ਕੱਲਾ ਪੰਜਾਬ ਹੀ ਨਹੀਂ, ਦੇਸ਼ ਭਰ ਦੇ ਵਿੱਚ ਇਸ ਤਰ੍ਹਾਂ ਦੀ ਮਤਲਬ ਕਿ ਇੱਕ ਵੇਵ ਚੱਲ ਰਹੀ ਹੈ ਕਿ ਲੋਕਾਂ ਦੇ ਅੰਦਰ ਨਿਰਾਸ਼ਾ ਵੀ ਹੈ, ਗੁੱਸਾ ਵੀ ਹੈ, ਇਸੇ ਕਰਕੇ ਕਿਤੇ ਕਿਤੇ ਵੋਟ ਪਰਸੈਂਟੇਜ ਜਿਹੜਾ ਉਹ ਘੱਟਦਾ ਵੱਧਦਾ ਵੀ ਨਜ਼ਰ ਆਉਂਦਾ। ਦੇਖਾਂਗੇ ਕੀ ਨਿਕਲ ਕੇ ਨਤੀਜੇ ਸਾਹਮਣੇ ਆਉਂਦੇ ਨੇ। ਵਿਚਾਰ ਕਮੈਂਟ ਕਰਿਓ। ਗਿੱਲ ਸਾਹਿਬ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ ਸਿਕੰਦਰ, ਸਤਿ ਸ੍ਰੀ ਅਕਾਲ।